ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਵਨ ਸਿੰਘ ਮਾਈ ਟੀਵੀ ਦੇ ਸਟੂਡੀਓ ਤੋਂ ਅੱਜ ਦਾ ਮਾਈ ਸ਼ੋ ਮਾਈ ਲਾਈਫ ਲੈ ਕੇ ਹਾਜ਼ਰ ਹਾਂ। ਅੱਜ ਸਾਡੇ ਨਾਲ ਸਾਡੇ ਕੋਲ ਬੈਠੇ ਨੇ ਸਰਦਾਰ ਆਗਿਆਪਾਲ ਸਿੰਘ ਜੀ ਪਾਠ, ਜੋ ਕਿ ਪਹਿਲਾਂ ਵੀ ਸਾਡੇ ਸਟੂਡੀਓ ਦੇ ਵਿੱਚ ਕਈ ਵਾਰੀ ਹਾਜ਼ਰੀ ਭਰ ਚੁੱਕੇ ਨੇ। ਸਰਦਾਰ ਆਗਿਆਪਾਲ ਸਿੰਘ ਜੀ ਪਾਠ, ਦਰਸ਼ਕਾਂ ਨਾਲ ਇੱਕ ਵਾਰੀ ਫਤਿਹ ਦੀ ਸਾਂਝ ਪਾਓ। ਮਾਈ ਟੀਵੀ ਦੇ ਸਾਰੇ ਵਿਊਜ਼ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਆਗਿਆਪਾਲ ਸਿੰਘ ਪਾਠ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਅੱਜ ਦਾ ਜੋ ਸਾਡਾ ਬੋਲਣ ਦਾ ਵਿਸ਼ਾ ਹੋਏਗਾ ਉਹ ਹੋਏਗਾ ਇਨਸਾਫ ਮੋਰਚਾ, ਜੋ ਇਸ ਵੇਲੇ ਬਰਗਾੜੀ ਦੀ ਧਰਤੀ ਤੋਂ ਸਾਡੇ ਕਾਰਜਕਾਰੀ ਜਥੇਦਾਰ ਸਰਦਾਰ ਧਿਆਨ ਸਿੰਘ ਜੀ ਮੰਡ ਹੋਣਾ ਨੇ ਲਾਇਆ ਹੋਇਆ ਹੈ। ਸਰਦਾਰ ਆਗਿਆਪਾਲ ਸਿੰਘ ਜੀ ਬਾਰੇ ਸਾਡੇ ਵਿਊਅਰਸ ਨੂੰ ਤੁਸੀਂ ਕੀ ਦੱਸ ਸਕਦੇ ਹੋ? ਉਸ ਮੋਰਚੇ ਦੇ ਬਾਰੇ ਕੀ ਲੋੜ ਪਈ ਹੈ, ਅਸੀਂ ਕੀ ਮੰਗਾਂ ਨੇ, ਕਿਸ ਗੱਲੋਂ ਉਹ ਮੋਰਚਾ ਜੋ ਹੈ ਉਹ ਸ਼ੁਰੂ ਕੀਤਾ ਗਿਆ? ਪਵਨ ਜੀ, ਥੈਂਕ ਯੂ ਫੋਰ ਇਨਵਾਈਟਿੰਗ ਮੀ ਔਨ ਯੂਰ ਸ਼ੋਅ। ਥੋੜ੍ਹਾ ਜਿਹਾ ਆਪਾਂ ਬੈਕਗਰਾਊਂਡ ਦਾ ਹਿਸਟਰੀ ਜਿਹੜੀ ਆ ਵਿਊਅਰਸ ਨਾਲ ਸ਼ੇਅਰ ਕਰ ਲਈਏ। ਹਾਂਜੀ, ਕਿ ਸਾਰਿਆਂ ਨੂੰ ਯਾਦ ਹੋਏਗਾ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਆ, ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਸੀ। ਠੀਕ ਹੈ ਜੀ। ਔਰ ਉਹਨਾਂ ਦੇ ਅੰਗ ਜੇ ਪਤਰੇ ਇਹ ਪਿੰਡ ਬਰਗਾੜੀ ਦੇ ਵਿੱਚ ਲੱਭੇ ਗਏ ਸੀਗੇ। ਠੀਕ ਹੈ। ਸੋ ਉੱਥੇ ਬੇਅਦਬੀ ਦਾ ਪਤਾ ਲੱਗਿਆ, ਔਰ ਉਹਦੇ ਵਿਰੁੱਧ, ਉਹਦੇ ਇਨਸਾਫ ਦੇ ਲਈ, ਆਪਣੇ ਦੁੱਖ ਨੂੰ ਪ੍ਰਗਟ ਕਰਨ ਦੇ ਲਈ ਪਿੰਡ ਬਹਿਬਲ ਕਲਾਂ ਦੇ ਵਿੱਚ ਜਿਹੜਾ ਸਿੰਘਾਂ ਨੇ ਇੱਕ ਮੋਰਚਾ ਕੀਤਾ ਸੀ, ਔਰ ਉਹ ਮੋਰਚੇ ਦੇ ਵਿੱਚ ਪੰਜਾਬ ਪੁਲਿਸ ਨੇ ਆ ਕੇ ਅੰਨੇਵਾਹ ਫਾਇਰਿੰਗ ਕੀਤੀ, ਜਿਹਦੇ ਵਿੱਚ ਦੋ ਆਪਣੇ ਸਿੰਘ ਸ਼ਹੀਦ ਹੋਏ ਸੀਗੇ। ਹਾਂਜੀ। ਦੋ ਨੌਜਵਾਨ ਜਿਹਨਾਂ ਦਾ ਨਾਂ ਸੀਗਾ ਸਰਦਾਰ ਕਿਸ਼ਨ ਭਗਵਾਨ ਸਿੰਘ ਜੀ, ਭਗਵਾਨ ਸਿੰਘ ਜੀ ਹੁਣੀ, ਅਤੇ ਨਾਲ ਉਹਨਾਂ ਦੇ ਇੱਕ ਵੀਰ ਹੋਰ ਸੀਗਾ ਸਾਡਾ। ਸੋ ਦੋਨੋਂ ਇਹ ਜਿਹੜੇ ਸ਼ਹੀਦ ਹੋਏ ਨੇ, ਗੁਰਜੋਤ ਸਿੰਘ ਹੁਣੀ, ਇਹ ਦੋਨੋਂ ਸ਼ਹੀਦ ਹੋਏ, ਔਰ ਜਦੋਂ ਉਹਦੇ ਅਗੇਂਸਟ ਆਵਾਜ਼ ਉਠਾਈ ਗਈ ਤਾਂ ਪੰਜਾਬ ਪੁਲਿਸ ਨੇ, ਜਿਵੇਂ ਕਿ ਅਕਸਰ ਕਰਦੇ ਹੁੰਦੇ ਨੇ ਉਹ, ਜਾਂ ਮੌਜੂਦਾ ਸਰਕਾਰਾਂ ਕਰਾਉਂਦੀਆਂ ਹੁੰਦੀਆਂ ਨੇ ਆਪਣੇ ਪੁਲਿਸ ਮੁਲਾਜ਼ਮਾਂ ਕੋਲੋਂ, ਡਿਪਾਰਟਮੈਂਟ ਕੋਲੋਂ, ਕਿ ਉਹਨਾਂ ਨੇ ਹਸ਼ਪਸ਼ ਕਰਨ ਦੇ ਲਈ ਇੱਕ ਅਣਪਛਾਤੇ ਜਿਹੜੇ ਵਿਅਕਤੀ ਵੱਲੋਂ ਗੋਲੀ ਚਲਾਉਣ ਦਾ FIR ਦਰਜ ਕਰਕੇ ਉਸ ਕੇਸ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਆਪਣੇ ਆਪ ਦੇ ਵਿੱਚ ਆਪਾਂ ਬਾਅਦ ਡਿਸਕਸ ਕਰਾਂਗੇ, ਬੜਾ ਵਿਵਾਦ ਦਾ ਮੁੱਦਾ। ਸੋ ਇਹ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਹਾਂਜੀ। ਔਰ ਕੋਈ ਇਨਸਾਫ ਨਹੀਂ ਮਿਲਿਆ, ਅਤੇ ਉਸ ਇਨਸਾਫ ਨੂੰ ਲੈਣ ਦੇ ਲਈ ਇਹ ਜਿਹੜਾ ਮੋਰਚਾ ਆਪਣੇ ਕਾਰਜਕਾਰੀ ਜਥੇਦਾਰ ਭਾਈ ਸਾਹਿਬ ਭਾਈ ਧਿਆਨ ਸਿੰਘ ਮੰਨ ਹੋਣਾ ਨੇ ਇਹ ਵਿੜਿਆ, ਜੋ ਕਿ 1 ਤਰੀਕ ਤੋਂ ਚਾਲੂ ਹੈ, ਔਰ ਅੱਜ ਇਹ ਮੋਰਚਾ ਬੜੇ ਜ਼ੋਰਾਂ ਸ਼ੋਰਾਂ ਨਾਲ ਸਮੁੱਚੀ ਕੌਮ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ, ਆਪਣੇ ਪੋਲੀਟੀਕਲ ਪਾਰਟੀ ਦੇ ਵਿਊਜ਼ ਤੋਂ ਉੱਠ ਕੇ, ਪੰਥ ਨੂੰ ਅੱਗੇ ਰੱਖ ਕੇ, ਆਪਣੇ ਧਰਮ ਨੂੰ ਅੱਗੇ ਰੱਖ ਕੇ ਅੱਜ ਉੱਥੇ ਉਹ ਉਹਨਾਂ ਦਾ ਸਾਥ ਦੇਣ ਲਈ ਪਹੁੰਚ ਰਹੇ ਨੇ। ਸੋ ਇਹ ਮੋਰਚੇ ਦੀ ਇੱਕ ਮੰਗ ਹੈ ਜਾਂ ਸਾਰੀਆਂ ਮੰਗਾਂ ਇਹੀ ਮੰਗ 'ਤੇ ਆ ਕੇ ਰੁਕਦੀਆਂ ਨੇ? ਕੋਈ ਇਸ ਤੋਂ ਇਲਾਵਾ ਹੋਰ ਵੀ ਮੰਗਾਂ ਨੇ ਜਿਨ੍ਹਾਂ ਦੀ ਜੋ ਸਿੱਖ ਭਾਈਚਾਰਾ ਹੈ ਉਹ ਮੰਗ ਕਰ ਰਿਹਾ ਇਸ ਮੋਰਚੇ ਦੇ ਰਾਹੀਂ? ਮੈਂ ਪਹਿਲਾਂ ਇਹ ਗੱਲ ਕਲੀਅਰ ਕਰ ਦਵਾਂ ਕਿ ਇਹਦਾ ਮੋਰਚਾ ਹੈ ਇਹ ਇਕੱਲੇ ਸਿਰਫ ਸਾਡੇ ਕਾਰਜਕਾਰੀ ਜਥੇਦਾਰ ਭਾਈ ਸਾਹਿਬ ਭਾਈ ਮੰਡ ਸਿੰਘ ਉਹਨਾਂ ਨੇ ਇਹ ਵਿੜਿਆ। ਠੀਕ ਹੈ, ਠੀਕ ਹੈ। ਇੱਕ ਸਮਾਂ ਆਉਂਦਾ ਪਰਮਾਤਮਾ ਜਿਹੜੀ ਆਪਣੀ ਸ੍ਰਿਸ਼ਟੀ ਹੈ ਉਹਨੂੰ ਬੈਲੈਂਸ ਆਊਟ ਕਰਨ ਦੇ ਲਈ ਬਿਲਕੁਲ ਕੋਈ ਐਸੀ ਵਿਧੀ ਬਣਾਉਂਦੇ ਨੇ, ਜੋ ਕਿ ਵਿਧੀ ਮੈਂ ਸਮਝਦਾ ਕਿ ਐਤਕੀ ਸਤਾਰ ਭਾਈ ਸਾਹਿਬ ਭਾਈ ਧਿਆਨ ਸਿੰਘ ਮੰਡ ਹੋਣ ਦੇ ਜ਼ਰੀਆ ਬਣੀ ਹੈ, ਕਿਉਂਕਿ ਉਹਨਾਂ ਦੇ ਨਿੱਜੀ ਵਿਚਾਰ ਨੇ। ਉਹਨਾਂ ਨੇ ਸੰਗਤ ਨੇ ਸ਼ੇਅਰ ਕੀਤਾ ਕਿ ਕਈ ਮਹੀਨੇ ਲੱਗੇ ਉਹਨਾਂ ਨੂੰ ਮੈਂਟਲੀ ਪ੍ਰਪੇਅਰ ਹੋਣ ਲਈ ਇਹ ਮੋਰਚਾ ਲਾਉਣ ਲਈ। ਹਾਂਜੀ। ਔਰ ਜੋ ਇੱਕ ਵਿਲੱਖਣਤਾ ਅਲੱਗ ਚੀਜ਼ ਇਸ ਮੋਰਚੇ ਦੀ ਹੈ ਪਵਨ ਸਿੰਘ ਜੀ, ਉਹ ਇਹ ਹੈ ਕਿ ਉਹਨਾਂ ਨੇ ਇਕੱਲਿਆਂ ਨੇ ਤੈਅ ਕੀਤਾ ਬੀਇੰਗ ਹੈੱਡ, ਕਿਉਂਕਿ ਤੁਹਾਨੂੰ ਯਾਦ ਹੋਏਗਾ ਚੰਬੇ ਦੀ ਧਰਤੀ 'ਤੇ ਜਦੋਂ ਜੀ ਬਿਲਕੁਲ ਸਰਬੱਤ ਖਾਲਸਾ ਇਕੱਠਾ ਹੋਇਆ। ਹਾਂਜੀ। ਔਰ ਉਦੋਂ ਜਥੇਦਾਰ ਚੁਣੇ ਗਏ ਨੇ ਸਰ ਜਗਤਾਰ ਸਿੰਘ ਅਵਾਰਾ ਹੋਣੀ। ਹਾਂਜੀ। ਭਾਈ ਸਾਹਿਬ ਜੇਲ੍ਹ 'ਚ ਨੇ, ਇਸ ਕਰਕੇ ਇਹਨਾਂ ਨੂੰ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ। ਸੋ ਸਾਰੀ ਜ਼ਿੰਮੇਵਾਰੀ ਇਹਨਾਂ 'ਤੇ ਪਹੁੰਚਦੀ ਸੀ, ਔਰ ਇਹਨਾਂ ਨੇ ਇਸ ਗੱਲ ਨੂੰ ਬੜਾ ਹੀ ਆਪਣੇ ਤੱਕ ਨਿੱਜੀ ਸਹਿਮਤ ਰੱਖ ਕੇ ਪਹਿਲਾਂ ਆਪਣੇ ਆਪ ਨੂੰ ਪੱਕਾ ਕੀਤਾ, ਫਿਰ ਆਪਣੇ ਪਰਿਵਾਰ ਨਾਲ ਵਿਚਾਰ ਵਟਾਂਦਰਾ ਕੀਤਾ, ਉਹਨਾਂ ਨੂੰ ਪੱਕਾ ਕੀਤਾ, ਅਤੇ ਗੁਰਦੁਆਰੇ ਸਾਹਿਬ ਸਾਰਿਆਂ ਨੂੰ ਲਿਜਾ ਕੇ ਅਰਦਾਸ ਕਰਕੇ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਮੋਰਚਾ ਵਿੱਢਿਆ। ਮੈਂ ਸਮਝਦਾ ਜਿਹੜਾ ਆਪਣੇ ਆਪ ਦੇ 'ਚ ਜਿੱਥੇ ਇੱਕ ਵਿਲੱਖਣਤਾ ਇਸ ਗੱਲ ਨੂੰ ਦਰਸਾਉਂਦਾ ਕਿ ਉਹ ਆਪਣੇ ਇਰਾਦੇ 'ਤੇ ਪੂਰੇ 100 ਚੋਂ 100% ਦ੍ਰਿੜ ਨੇ ਕਿ ਇਨਸਾਫ ਲੈਣਾ। 3 ਮੰਗਾਂ ਨੇ ਉਹਨਾਂ ਦੀਆਂ। ਠੀਕ ਹੈ ਜੀ। ਪਹਿਲੀ ਮੰਗ 'ਤੇ ਜੋ ਅੱਜ ਤੱਕ ਆਪਾਂ ਲੱਭ ਰਹੇ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਜੋ ਬੇਅਦਬੀ ਹੋਈ ਹੈ, ਹਾਂਜੀ, ਉਹਦੇ ਜਿਹੜੇ ਦੋਸ਼ੀ ਨਹੀਂ ਫੜੇ ਗਏ ਜੀ। ਉਹ ਤੋਂ ਬਾਅਦ ਉਹਨਾਂ ਨੇ ਜਿਹੜੇ ਸਾਡੇ ਦੋ ਸਿੰਘ ਦੋ ਵੀਰ ਸ਼ਹੀਦ ਹੋਏ ਨੇ,
ਕਿਸ਼ਨ ਭਗਵਾਨ ਸਿੰਘ ਹੁਣੀ ਤੇ ਗੁਰਜੋਤ ਸਿੰਘ ਹੁਣੀ ਉਹਨਾਂ ਦੇ ਖਿਲਾਫ ਜੋ ਕੋਈ ਕਾਰਵਾਈ ਹਾਲੇ ਤੱਕ ਨਹੀਂ ਹੋਈ, ਉਹਨਾਂ ਮੁਲਜ਼ਮ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਔਰ ਤੀਸਰੀ ਜੋ ਆਪਣੀ ਜਿੰਨੀ ਸਾਡੇ ਸਿੰਘ ਸਿੰਘਣੀਆਂ ਨੂੰ ਜੇਲ੍ਹਾਂ ਹੋਈਆਂ ਸੀ ਉਹ ਆਪਣੀ ਕੈਦ ਕੱਟਣ ਤੋਂ ਬਾਅਦ ਹਾਲੇ ਵੀ ਜੇਲ੍ਹਾਂ ਕੱਟ ਰਹੇ ਨੇ, ਉਹਨਾਂ ਦੀ ਆਜ਼ਾਦੀ ਦਾ ਇਹ ਤਿੰਨ ਮੰਗਾਂ ਜਿਹੜੀਆਂ ਇਸ ਮੋਰਚਾ ਜਿਹਦਾ ਨਾਂ ਇਨਸਾਫ ਮੋਰਚਾ ਉਹਨਾਂ ਨੇ ਦਿੱਤਾ, ਵਾਕਿਆ ਇਨਸਾਫ ਬਣਦਾ, ਤਿੰਨੇ ਗੱਲਾਂ 'ਚ ਇਨਸਾਫ ਸਾਡਾ ਬਣਦਾ, ਉਹਦੇ ਨੂੰ ਲੈ ਕੇ ਇਹ ਤਿੰਨ ਮੰਗਾਂ ਜਿਹੜੀਆਂ ਨੇ ਉਹਨਾਂ ਨੇ ਰੱਖੀਆਂ ਨੇ ਸਰਕਾਰ ਦੇ ਅੱਗੇ। ਹਾਂਜੀ, ਗੱਲ ਅੱਗੇ ਜਾਰੀ ਕਰਨ ਤੋਂ ਪਹਿਲਾਂ ਇੱਕ ਮਨ ਦੇ ਵਿੱਚ ਵਿਚਾਰ ਆਇਆ ਕਿ ਜਦੋਂ ਅਸੀਂ ਸ਼ੋਅ ਕਰਦੇ ਹਾਂ ਤਾਂ ਮੇਰਾ ਜਿਹੜਾ ਟਾਰਗੇਟ ਆਡੀਅੰਸ ਹੈ ਉਹ ਸਾਡਾ ਯੂਥ ਹੈ ਜਾਂ ਸਾਡੇ ਅਮਰੀਕਾ ਦੇ ਵਿੱਚ ਵਸਦੇ ਸਿੱਖ ਨੇ। ਸੋ ਮੈਂ ਇਹ ਗੱਲ ਤੁਹਾਡੇ ਤੋਂ ਵੀ ਸੁਣਨੀ ਚਾਹੁੰਦਾ ਅਤੇ ਆਪਣੇ ਵਿਊਅਰਸ ਦੇ ਨਾਲ ਵੀ ਸ਼ੇਅਰ ਕਰਨੀ ਚਾਹੁੰਦਾ ਕਿ ਕਿਉਂ ਜ਼ਰੂਰੀ ਹੈ ਕਿ ਅਸੀਂ ਵਾਰ ਵਾਰ ਪੰਜਾਬ ਦੀ ਗੱਲ ਕਰਦੇ ਹਾਂ। ਅਸੀਂ ਬਾਹਰ ਵੱਸਦੇ ਹਾਂ, ਸਾਡੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹ ਆਪਣੇ ਨਿੱਜੀ ਸਵਾਰਥ, ਸਾਡੇ ਨਿੱਜੀ ਕੰਮ ਜੋ ਨੇ ਉਹ ਬਾਹਰਲੀ ਕੰਟਰੀ ਅਮਰੀਕਾ ਦੀ ਧਰਤੀ ਦੇ ਨਾਲ ਜੋ ਸੰਬੰਧਿਤ ਨੇ, ਪਰ ਫਿਰ ਵੀ ਵਰਲਡ ਦੇ ਵਿੱਚ ਕਿਤੇ ਵੀ ਵੱਸਦਾ ਜੋ ਗੁਰਸਿੱਖ ਹੈ ਉਹਦੀ ਤਾਰ ਜਿਹੜੀ ਹੈ ਉਹ ਪੰਜਾਬ ਦੀ ਧਰਤੀ ਦੇ ਨਾਲ ਕਿਉਂ ਜੁੜਦੀ ਹੈ ਅਤੇ ਕਿਉਂ ਇਹ ਗੱਲਾਂ ਜ਼ਰੂਰੀ ਨੇ ਕਿ ਅਸੀਂ ਮੋਰਚਾ ਜੋ ਬਰਗਾੜੀ ਦੇ ਵਿੱਚ ਲੱਗਾ ਹੋਇਆ ਭਾਰਤੀ ਹਕੂਮਤ ਦੇ ਅਗੇਂਸਟ ਲੱਗਾ ਹੋਇਆ ਹੈ, ਇਨਸਾਫ ਲੈਣਾ ਹੈ, ਸਾਡੇ ਲਈ ਕਿਉਂ ਇਹ ਮਹੱਤਵਪੂਰਨ ਬਣਦਾ ਕਿ ਅਸੀਂ ਇੱਥੋਂ ਬੈਠੇ ਉਹ ਗੱਲ ਕਰੀਏ। ਵੈਲ, ਇਟ ਇਜ਼ ਇੰਪੋਰਟੈਂਟ ਫੋਰ ਦ ਯੂਥ ਟੂ ਲਰਨ ਦੈਟ ਕਿ ਜੋ ਸਾਡੀ ਆਇਡੈਂਟੀ ਹੈ, ਹਾਂਜੀ, ਸਾਡੀ ਆਇਡੈਂਟੀ ਹੀ ਪੰਜਾਬ ਤੋਂ ਸ਼ੁਰੂ ਹੁੰਦੀ ਹੈ। ਬਿਲਕੁਲ, ਪੰਜਾਬ ਸਾਡਾ ਜਨਮ ਹੈ, ਹਾਂਜੀ, ਪੰਜਾਬ ਸਾਡਾ ਧਰਮ ਹੈ, ਹਾਂਜੀ, ਪੰਜਾਬ ਸਾਡੀ ਸਭਿਅਤਾ ਔਰ ਕਲਚਰ ਇਸ ਦੇਅਰ, ਹਾਂਜੀ, ਔਰ ਰਿਲੀਜੀਅਨ ਇਸ ਦੇਅਰ, ਰਾਈਟ, ਠੀਕ ਹੈ, ਐਂਡ ਦੈਟਸ ਵੀ ਵਰ ਬੋਰਨ। ਅਗਲੀ ਜਨਰੇਸ਼ਨ ਤਾਂ ਹੀ ਉਹ ਆਈ ਨੇ ਜੇ ਅਸੀਂ ਉੱਥੇ ਪਹਿਲਾਂ ਆਏ। ਹਾਂਜੀ, ਸੋ ਇਸ ਕਰਕੇ ਸਾਡਾ ਸਾਰਾ ਕੁਛ ਹੀ ਉਸ ਧਰਤੀ ਦੇ ਨਾਲ ਜੁੜਿਆ ਹੋਇਆ, ਐਂਡ ਵੀ ਫੀਲ ਟੂ ਪਾਸ ਔਨ ਦੋਜ ਇੰਪੋਰਟੈਂਟ ਵੈਲਿਊਜ਼ ਆਫ ਕਲਚਰ, ਰਿਲੀਜਨ, ਆਇਡੈਂਟੀ ਔਨ ਟੂ ਔਰ ਨੈਕਸਟ ਜਨਰੇਸ਼ਨਸ। ਇਟ ਇਜ਼ ਵੈਰੀ ਇੰਪੋਰਟੈਂਟ ਦੈਟ ਵੀ ਨੋਟ ਓਨਲੀ ਡਿਸਕਸ, ਵੀ ਸ਼ੁੱਡ ਬੀ ਡੀਪਲੀ ਕੰਸਰਨਡ ਅਬਾਊਟ ਇਟ। ਹਾਂਜੀ, ਕਿਉਂਕਿ ਮੈਂ ਇਹਦੇ ਵਿੱਚ ਐਡ ਕਰ ਦੇਣੀ ਚਾਹੁੰਦਾ ਕਿ ਜਿਹੜੀ ਸਿੱਖਾਂ ਦੀ ਸੁਪਰੀਮ ਅਥਾਰਟੀ ਹੈ ਸ਼੍ਰੀ ਅਕਾਲ ਤਖਤ ਸਾਹਿਬ, ਜਿੱਥੋਂ ਕਿ ਸਾਨੂੰ ਸੇਧ ਮਿਲਦੀ ਹੈ ਜਦੋਂ ਸਾਡਾ ਆਪਸ ਦੇ ਵਿੱਚ ਕੋਈ ਵਿਵਾਦ ਆਉਂਦਾ ਹੈ, ਕੋਈ ਮਰਿਆਦਾ ਦਾ ਇਸ਼ੂ ਹੈ, ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਸੀਂ ਸੇਧ ਲੈਂਦੇ। ਅਤੇ ਇਸ ਵੇਲੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਉਹ ਖੁਦ ਗੁਲਾਮ ਨੇ, ਉਹ ਹਕੂਮਤਾਂ ਦੇ ਅੰਡਰ ਨੇ, ਫਰੀ ਨਹੀਂ ਹੈਗੇ। ਸੋ ਜੇ ਸਿੱਖ ਆਪਣੇ ਮਤਲਬ ਜਿਹੜੇ ਆਉਣ ਵਾਲੇ ਮਤਲਬ ਕਹਿ ਲਓ ਕਿ ਆਪਣੇ ਭਵਿੱਖ ਦੇ ਡਿਸੀਜਨਸ ਨੂੰ ਜਾਂ ਜਿਹੜੇ ਪ੍ਰੈਜੈਂਟ ਟਾਈਮ ਦੇ ਜੋ ਡਿਸੀਜਨਸ ਮੇਕਿੰਗ ਜਿਹੜਾ ਪ੍ਰੋਸੈਸ ਹੈ ਉਹਨੂੰ ਫਰੀ ਕਰਨ ਦੇ ਲਈ, ਤਾਂ ਕਿ ਉਹ ਨਿਰਪੱਖ ਹੋ ਕੇ ਸਿੱਖੀ ਦੇ ਹਿੱਤਾਂ ਦੀ ਗੱਲ ਕਰੀਏ, ਬਰਾਬਰਤਾ ਦੀ ਗੱਲ ਕਰੀਏ, ਜਾਂ ਜੋ ਸਾਡੇ ਗੁਰੂਆਂ ਦਾ ਦਰਸਾਇਆ ਹੋਇਆ ਮਾਰਗ ਹੈ ਉਹਦੇ 'ਤੇ ਸੱਚ ਦੇ ਪਹਿਰਾ ਦੇਣ ਦੀ ਗੱਲ ਕਰੀਏ, ਤਾਂ ਸਾਨੂੰ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਯਾਦ ਕਰਵਾਉਣਾ ਪੈਣਾ ਹੈ, ਅਤੇ ਅਕਾਲ ਤਖਤ ਸਾਹਿਬ ਜੋ ਹੈ ਸਥਾਪਿਤ ਹੈ ਅੰਮ੍ਰਿਤਸਰ ਦੀ ਧਰਤੀ। ਸੋ ਪੰਜਾਬ ਦੇ ਨਾਲੋਂ ਜਿਹੜਾ ਸਿੱਖ ਦਾ ਨਾਤਾ ਹੈ ਉਹ ਮੇਰੇ ਖਿਆਲ ਨਾਲ ਕਦੀ ਵੀ ਨਹੀਂ ਟੁੱਟ ਸਕਦਾ, ਇਸ ਕਰਕੇ ਅਸੀਂ ਜੁਗੋ ਜੁਗ ਤੱਕ ਪੰਜਾਬ ਦੀਆਂ ਗੱਲਾਂ ਕਰਦੇ ਰਹਾਂਗੇ, ਜਿੱਥੇ ਮਰਜ਼ੀ ਵੀ ਬੈਠੇ ਹੋਈਏ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਜੋ ਨੇ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਗੇ। ਜਦੋਂ ਤੁਸੀਂ ਹਰਿਮੰਦਰ ਸਾਹਿਬ ਜਾਂਦੇ ਹੋ, ਹਾਂਜੀ, ਜੇ ਤੁਸੀਂ ਹਰਿਮੰਦਰ ਸਾਹਿਬ 'ਚ ਬੈਠੇ ਹੋ ਤਾਂ ਤੁਹਾਡੀ ਪਿੱਠ ਹਮੇਸ਼ਾ ਅਕਾਲ ਤਖਤ ਵੱਲ ਹੁੰਦੀ ਹੈ। ਜਦੋਂ ਤੁਸੀਂ ਅਕਾਲ ਤਖਤ ਵੱਲ ਬੈਠੇ ਹੁੰਦੇ ਹੋ ਤਾਂ ਤੁਹਾਡੀ ਜਿਹੜੀ ਨਜ਼ਰ ਹੈ ਉਹ ਹਮੇਸ਼ਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹਰਿਮੰਦਰ ਸਾਹਿਬ ਵੱਲ ਹੁੰਦੀ ਹੈ। ਬਿਲਕੁਲ, ਪਹਿਲੇ ਥਾਂ 'ਤੇ ਸਾਡਾ ਸ੍ਰੀ ਹਰਿਮੰਦਰ ਸਾਹਿਬ ਅਤੇ ਦੂਸਰੇ 'ਤੇ ਅਕਾਲ ਤਖਤ। ਮੀਰੀ ਅਤੇ ਪੀਰੀ ਦਾ ਸੰਖੇਪ, ਉੱਥੇ ਪਾਠ ਪੂਜਾ, ਕੋਈ ਪੋਲੀਟੀਕਲ ਗੱਲ ਨਹੀਂ ਹੁੰਦੀ। ਇਧਰਲੇ ਪਾਸੋਂ ਸਾਡੀ ਹਮੇਸ਼ਾ ਪੋਲੀਟੀਕਲ, ਸਾਡੀ ਕੌਮ ਨੂੰ ਸੇਧ ਦੇਣ ਵਾਲਾ ਸਾਰਾ ਵਿਚਾਰ ਵਟਾਂਦਰਾ, ਮਸ਼ਵਰਾ, ਜੋ ਵੀ ਅਸੀਂ ਗੱਲ ਕਰਨੀ ਹੈ ਜਾਂ ਅੱਗੇ ਆਉਣ ਵਾਲਾ ਸਮਾਂ ਵਿਚਾਰਨਾ, ਉੱਥੇ ਵਿਚਾਰਿਆ ਜਾਂਦਾ। ਜਦੋਂ ਉਸ ਥਾਂ ਦੇ ਉੱਤੇ ਉਹ ਲੋਕ ਕਾਬਜ ਹੋ ਜਾਣ ਜੋ ਇੰਡੀਪੈਂਡ ਸੋਚ ਦੇ ਧਾਰਨੀ ਨਹੀਂ ਰਹੇ, ਹਾਂਜੀ, ਕਿਸੇ ਇੱਕ ਪਾਰਟੀ ਜਾਂ ਇੱਕ ਬੰਦੇ ਜਾਂ ਇੱਕ ਇਨਸਾਨ ਇੱਕ ਸੋਚ ਦੇ ਥੱਲੇ ਆ ਜਾਣ, ਤਾਂ ਸਮਝ ਲਓ ਕਿ ਤੁਸੀਂ ਇਕੱਲੇ ਇਕੱਲੇ ਉਹੀ ਗੁਲਾਮ ਨਹੀਂ ਬਲਕਿ ਸਾਰੀ ਪੰਥ ਜਿਹੜੀ ਕੌਮ ਜਿਹੜੀ ਆ ਉਹ ਗੁਲਾਮ ਹੈ। ਉਸ ਗੁਲਾਮੀ ਨੂੰ ਦੂਰ ਕਰਨ ਲਈ ਚੱਬੇ ਦੀ ਧਰਤੀ 'ਤੇ ਸਰਬੱਤ ਖਾਲਸਾ ਹੋਇਆ, ਉੱਥੇ ਸਾਰੇ ਨਿਯੁਕਤ ਕੀਤੇ ਗਏ, ਔਰ ਉਹ ਕੜੀ ਵਾਰ ਲੜੀ ਵਾਰ ਚੱਲਦੀ ਗੱਲ ਅੱਜ ਇੱਥੇ ਆ ਕੇ ਪਹੁੰਚੀ ਹੈ ਕਿ ਭਾਈ ਸਾਹਿਬ ਭਾਈ ਧਿਆਨ ਸਿੰਘ ਮਾਨ ਹੋਣਾ ਨੂੰ ਇਹ ਮੋਰਚਾ ਲਾਉਣਾ ਪਿਆ। ਸੇ ਸਭ ਉੱਥੋਂ ਹੀ ਸ਼ੁਰੂ ਹੁੰਦਾ, ਔਰ ਉਹਦੇ ਲਈ ਹੀ ਮੋਰਚਾ ਲੱਗਿਆ ਤਾਂ ਜੋ ਉੱਥੇ ਜਿਹੜੀ ਆਜ਼ਾਦ ਸੋਚ ਹੈ ਨਾ, ਸਾਡੀ ਆਜ਼ਾਦ ਸੋਚ ਹੈ, ਉੱਥੇ ਦੁਬਾਰਾ ਪਹੁੰਚ ਸਕੇ। ਅਸੀਂ ਇਨਸਾਫ ਮੋਰਚੇ ਦੀ ਗੱਲ ਨੂੰ ਅੱਗੇ ਲੈ ਕੇ ਵੱਧਦੇ, ਪਰ ਉਸ ਤੋਂ ਪਹਿਲਾਂ ਇੱਕ ਲੈਂਦੇ ਹਾਂ ਛੋਟਾ ਜਿਹਾ ਬ੍ਰੇਕ। ਹਾਈ, ਮਾਈ ਨੇਮ ਇਜ਼ ਕੁਲਦੀਪ ਗਿੱਲ, ਆਮ ਬ੍ਰੋਕਰ ਆਫ ਸਕਾਈ ਰਿਅਲਟੀ। The reason we are so successful, because client trust us. I've been doing this my whole life. My team is my wife,
my office manager and my agents. We look forward to earn your business and we do speak your language. Thank you. जाएगी दिल की धड़कन इस बार जब हम होंगे यूएस एंड कनाडा में, इसका मतलब यह हुआ कि स्वैग से स्वागत करना पड़ेगा ही आपको हमारा। स्वागत स्वैग से करेंगे सबका स्वागत। माय शो माय लाइफ के व्यूअर्स का वापस स्वागत है। ਅਸੀਂ ਗੱਲ ਕਰ ਰਹੇ ਸੀਗੇ ਇਨਸਾਫ ਮੋਰਚੇ ਦੀ, ਉਸ ਨੂੰ ਅੱਗੇ ਲੈ ਕੇ ਅਸੀਂ ਚੱਲਦੇ ਹਾਂ, ਪਰ ਉਸ ਦੇ ਨਾਲ ਨਾਲ ਸਾਡੇ ਲਈ ਜਾਣਨਾ ਇੱਕ ਹੋਰ ਵੀ ਜ਼ਰੂਰੀ ਹੈ ਕਿ ਸਾਡਾ ਇਤਿਹਾਸ ਕੀ ਕਹਿੰਦਾ ਹੈ, ਕਿਉਂਕਿ ਪੰਜਾਬੀ ਦਾ ਮੁਹਾਵਰਾ ਹੈ ਨਾ ਕਿ ਜੋ ਇਤਿਹਾਸ ਹੈ ਆਪਣੇ ਆਪ ਨੂੰ ਦੁਹਰਾਉਂਦਾ ਹੈ ਜੀ। ਸੋ ਮਨ ਦੇ ਵਿੱਚ ਵਿਚਾਰਾਂ ਆ ਰਹੀਆਂ ਸੀਗੀਆਂ ਕਿ ਜਿਵੇਂ ਪਹਿਲਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹੈ 1978 ਦੇ ਵਿੱਚ ਨਕਲੀ ਨਿਰੰਕਾਰੀਆਂ ਦੇ ਵੱਲੋਂ, ਜਦੋਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ ਅਤੇ ਸ਼ਾਂਤਮਈ ਢੰਗ ਦੇ ਨਾਲ ਜੋ ਸਾਡੇ ਸਿੰਘ ਸਿੰਘਣੀਆਂ ਉੱਥੇ ਪੁੱਜੇ ਉਹਨਾਂ 'ਤੇ ਅੱਤਿਆਚਾਰ ਕੀਤਾ ਗਿਆ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਉਹਨਾਂ ਲਈ ਕੋਈ ਇਨਸਾਫ ਨਹੀਂ ਮਿਲਿਆ, ਠੀਕ ਹੈ ਜੀ। ਉਸ ਤੋਂ ਬਾਅਦ ਵੀ ਮੋਰਚੇ ਲੱਗੇ ਆਪਣੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਉਂਦੇ ਨੇ ਸੀਨ ਦੇ ਵਿੱਚ, ਉਹਨਾਂ ਨੇ ਮੋਰਚਾ ਲਾਇਆ ਮੰਜੀ ਸਾਹਿਬ ਤੋਂ। ਫਿਰ ਕੀ ਹੁੰਦਾ ਹੈ ਕਿ ਫਿਰ ਭਾਰਤੀ ਹਕੂਮਤ ਬੇਵੱਸ ਹੋਈ, ਜਦੋਂ ਉਹਨਾਂ ਦੇ ਕੋਲ ਕੋਈ ਰਾਹ ਨਹੀਂ ਰਿਹਾ, ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਜ਼ੁਲਮ ਸੀਗਾ ਸਾਡਾ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ, ਭੰਨਿਆ ਸੰਗਤਾਂ ਨੂੰ, ਫਿਰ ਤੋਂ ਇੱਕ ਵਾਰੀ ਗੋਲੀਆਂ ਦੇ ਨਾਲ ਛਾਨਣੀ ਕੀਤਾ ਗਿਆ। ਕੀ ਤੁਹਾਨੂੰ ਨਹੀਂ ਲੱਗਦਾ ਕਿ ਫਿਰ ਉਹੀ ਗੱਲ ਹੋ ਰਹੀ ਹੈ ਕਿ ਬਰਗਾੜੀ ਦੇ ਵਿੱਚ ਸਤਿਗੁਰਾਂ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਹੈ? ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਰੋਸ ਮੁਜ਼ਾਹਰਾ ਕਰਨ ਸ਼ਾਂਤਮਈ ਢੰਗ ਦੇ ਨਾਲ ਸਾਡੇ ਸਿੰਘ ਸਿੰਘਣੀਆਂ ਜੋ ਉਸ ਵੇਲੇ ਕਹਿ ਰਹੇ ਨੇ ਕਿ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰ ਰਹੇ ਸੀਗੇ ਔਰ ਦਹਿਸ਼ਤਗਰਦ ਹਕੂਮਤਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਹਾਂਜੀ ਭਵਨ ਸਿੰਘ ਜੀ, ਸਮਾਂ ਬਹੁਤ ਲੰਬਾ। ਹਾਂਜੀ, ਤੁਸੀਂ 78 ਤੋਂ ਲੈ ਕੇ ਗੱਲ ਕੀਤੀ ਔਰ ਆਪਾਂ 2018  'ਚ ਬੈਠੇ ਹਾਂ। ਮੈਂ ਕੋਸ਼ਿਸ਼ ਕਰਾਂਗਾ ਕਿ ਬੜਾ ਸੰਖੇਪ ਜਿਹਾ ਇਸ ਚੀਜ਼ ਨੂੰ ਵਿਊਜ਼ ਦੇ ਨਾਲ ਸਾਂਝਾ ਕਰ ਸਕਾਂ। 1978 ਦੇ ਵਿੱਚ ਨਿਰੰਕਾਰੀਆਂ ਦੇ ਖਿਲਾਫ ਜਿਹੜਾ ਮੋਰਚਾ ਸਿੰਘਾਂ ਸ਼ਹੀਦ ਹੋਣਾ, ਉੱਥੋਂ ਇਹ ਕਾਰਜ ਸ਼ੁਰੂ ਹੁੰਦਾ ਜੀ। ਗੱਲ ਅੱਜ ਵੀ ਉੱਥੇ ਆ ਕੇ ਖੜੀ ਹੈ, ਉਦੋਂ ਵੀ ਗੱਲ ਹੱਕ ਦੀ ਸੀ, ਗੱਲ ਅੱਜ ਵੀ ਹੱਕ ਦੀ ਹੈ, ਹੱਕ ਦੀ ਹੈ ਬਿਲਕੁਲ। ਦ ਰੀਜ਼ਨ ਹੈਜ਼ ਨੋਟ ਚੇਂਜਡ, ਰਾਈਟ? ਠੀਕ ਹੈ। ਦੂਸਰੀ ਗੱਲ, ਸਮੇਂ ਸਮੇਂ ਕੀ ਹੁੰਦਾ ਕਿ ਜਿਹੜੀ ਤਾਨਾਸ਼ਾਹੀ ਲੋਕ ਜਾਂ ਤਾਨਾਸ਼ਾਹੀ ਸਰਕਾਰਾਂ ਹੁੰਦੀਆਂ ਨੇ, ਉਹ ਹਮੇਸ਼ਾ ਕੋਸ਼ਿਸ਼ ਕਰਦੀਆਂ ਨੇ ਕਿ ਆਪਣੇ ਦਾਅ ਪੇਚ ਖੇਡ ਕੇ ਸਿੱਧੇ ਸਿੱਧੇ ਢੰਗਾਂ ਦੇ ਨਾਲ ਇੱਕ ਗਰੁੱਪ ਨੂੰ, ਇੱਕ ਕੌਮ ਨੂੰ ਖਤਮ ਕਰਨਾ ਹੋਵੇ ਜਾਂ ਮਾਨਸਿਕ ਤੌਰ 'ਤੇ ਅਧੀਨ ਬਣਾਉਣਾ ਹੋਵੇ ਜੀ। ਇਹ ਸਾਰੀਆਂ ਚਾਲਾਂ ਜਿੰਨੀਆਂ ਵੀ ਚੱਲੀਆਂ ਜਾ ਰਹੀਆਂ ਨੇ, ਇਹ ਉਸੇ ਚੀਜ਼ ਨੂੰ ਮੇਨ ਰੱਖ ਕੇ ਜਾ ਰਹੀਆਂ ਨੇ ਕਿ ਸਿੱਖ ਪੰਥ, ਸਿੱਖ ਖਾਲਸਾ, ਜਿਹੜਾ ਸਿੱਖ ਸੋਚ ਹੈ, ਉਹ ਸਾਡੇ ਦਿੱਲੀ ਦੀ ਅਧੀਨ ਹੋਵੇ। ਲੇਕਿਨ ਦਿੱਲੀ ਦੇ ਅਧੀਨ ਕਦੀ ਸਿੱਖ ਨਹੀਂ ਰਿਹਾ। ਹਾਂਜੀ, ਸੋ ਦਿੱਲੀ ਅਤੇ ਸਾਡੇ ਪੰਥ ਦੀ ਲੜਾਈ ਹੈ, ਉੱਥੇ ਰਾਜ ਕਰਨ ਵਾਲਾ ਕੋਈ ਵਹਿ ਜਾ। ਹਾਂਜੀ, ਲੇਕਿਨ ਸੋਚ ਉੱਥੋਂ ਨਹੀਂ ਬਦਲੀ ਅਤੇ ਸੋਚ ਸਾਡੀ ਵੀ ਨਹੀਂ ਬਦਲੀ ਜੀ। ਅਸੀਂ ਹੱਕ ਲੈਣਾ, ਉਹਨਾਂ ਨੇ ਹੱਕ ਨਹੀਂ ਦੇਣਾ। ਦੇਖੋ ਜੀ, ਸਾਡੀ ਤਾਂ ਪਰਿਭਾਸ਼ਾ ਹੀ ਇਹੀ ਨਾ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮਾਤਮਾ ਦੀ ਮੌਜ ਦੇ ਵਿੱਚ ਹੀ ਇਹ ਤਿਆਰ ਕੀਤਾ ਗਿਆ, ਇਹ ਜਿਹੜੀ ਫੌਜ ਹੈ ਇਸ ਦੇ ਵਿੱਚ ਕੋਈ ਵੀ ਸ਼ਾਮਿਲ ਹੋ ਸਕਦਾ, ਜਿਹਦੇ ਵਿੱਚ ਕੋਈ ਮਤਭੇਵ ਨਹੀਂ ਹੈ, ਖੰਡੇ ਬਾਟੇ ਦੀ ਪੌਲ ਲੈ ਕੇ ਕੋਈ ਵੀ ਇਸ ਪਰਿਵਾਰ ਦਾ ਮੈਂਬਰ ਬਣ ਸਕਦਾ ਹੈ ਜੀ। ਕੋਈ ਜਾਤ ਪਾਤ ਦਾ ਹੈ ਨਹੀਂ ਕੰਮ, ਕਿਉਂਕਿ ਪਿਛਲੇ 2000 ਸਾਲਾਂ ਤੋਂ ਲਗਭਗ ਜੋ ਬ੍ਰਾਹਮਣਵਾਦੀ ਸੋਚ ਹੈ ਉਸਨੇ ਲੋਕਾਂ ਨੂੰ ਕੁਚਲ ਕੇ ਰੱਖਿਆ ਹੈ, ਬਰਾਬਰਤਾ ਦੇ ਹੱਕ ਨਹੀਂ ਮਿਲ ਰਹੇ, ਵਾਰ ਵਾਰ ਆਵਾਜ਼ ਉਠਾਈ ਜਾਂਦੀ ਹੈ ਔਰ ਉਸ ਆਵਾਜ਼ ਨੂੰ ਖਤਮ ਕਰਨ ਦੇਣ ਦੀ ਜੋ ਸਾਜ਼ਿਸ਼ ਹੈ ਉਹਨਾਂ ਦੀ ਅਜੇ ਵੀ ਜਾਰੀ ਹੈ। ਔਰ ਮੇਰੇ ਖਿਆਲ ਨਾਲ ਉਸੇ
ਸਾਜ਼ਿਸ਼ ਦੇ ਤਹਿਤ ਜੋ ਅੱਜ ਵੀ ਹੋ ਰਿਹਾ ਹੈ ਇਹ ਉਸੇ ਚੀਜ਼ ਦੀ ਦੇਣੀ ਹੈ। ਲੜਾਈ ਚੱਲੀ, ਅਲੱਗ ਅਲੱਗ ਫੇਜ਼ਿਸ ਦੇ ਵਿੱਚ ਅਸੀਂ ਲੰਘੇ। ਹਾਂਜੀ, ਕੁਛ ਗਲਤੀਆਂ ਅਸੀਂ ਕੀਤੀਆਂ ਜੀ, ਜ਼ਿਆਦਾ ਗਲਤੀਆਂ ਉਹਨਾਂ ਨੇ ਕੀਤੀਆਂ। ਹਾਂਜੀ, ਜਾਂ ਸਭ ਤੋਂ ਕਰਵਾਈਆਂ ਗਈਆਂ ਸਾਡੀਆਂ ਗਲਤੀਆਂ। ਹਾਂਜੀ, ਲੇਕਿਨ ਅੱਜ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੀ ਗਲਤੀਆਂ ਤੋਂ ਸਿੱਖ ਕੇ, ਹਾਂਜੀ, ਕੋਸ਼ਿਸ਼ ਇਹੀ ਰਹੀ ਕਿ ਸਿੱਖ ਪੰਥ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ ਜਾਵੇ। ਹਾਂਜੀ, ਸੋ ਮੈਂ ਗੱਲ ਵੀਊਜ਼ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਜੋ ਮੇਰੇ ਮਨ ਨੂੰ ਇਹ ਗੱਲ ਐਤਕੀ ਚੰਗੀ ਲੱਗੀ ਹੈ ਉਹ ਇਹ ਲੱਗੀ ਹੈ ਕਿ ਕਾਰਜਕਾਰੀ ਜਥੇਦਾਰ ਭਾਈ ਸਾਹਿਬ ਧਿਆਨ ਸਿੰਘ ਮੰਡ ਹੋਣਾ ਨੇ ਕਿਸੇ ਇੱਕ ਪਾਰਟੀ ਨੂੰ ਕਰਕੇ ਨਹੀਂ ਕੀਤਾ। ਠੀਕ ਹੈ, ਉਹਨਾਂ ਨੇ ਵਕਤ ਦੀ ਨਬਜ਼ ਨੂੰ ਪਹਿਚਾਣਦਿਆਂ, ਜ਼ਰੂਰਤ ਨੂੰ ਪਹਿਚਾਣਦਿਆਂ, ਆਪਣੇ ਫਰਜ਼ ਨੂੰ ਪਹਿਚਾਣਦਿਆਂ ਇਸੇ ਕਰਕੇ ਇਕੱਲੇ ਮੋਰਚਾ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਖੁਸ਼ੀ ਦੀ ਗੱਲ ਹੈ ਕਿ ਪੰਥ ਉਹਨਾਂ ਦੇ ਨਾਲ ਇੱਕ ਵਾਰ ਫੇਰ ਹੋ ਤੁਰਿਆ। ਸੋ ਪੰਥ ਦਾ ਤੁਰਨਾ, ਹਾਂਜੀ, ਉਹਨਾਂ ਦਾ ਮੋਰਚਾ ਲਾਉਣਾ ਅਤੇ ਪੰਥ ਦਾ ਤੁਰਨਾ ਦੋਨੋਂ ਆਸ 'ਚ ਇਹ ਸਬੂਤ ਨੇ ਕਿ ਜਿਸ ਸੋਚ ਨੂੰ ਬੜੇ ਪੁਰਾਣੇ ਬ੍ਰਿਟਿਸ਼ ਟਾਈਮ ਤੋਂ, ਮੁਗਲਾਂ ਦੇ ਟਾਈਮ ਤੋਂ, ਹਾਂਜੀ, ਅਧੀਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਖਤਮ ਕਰਨ ਦੀ ਕੋਸ਼ਿਸ਼ ਕੀਤੀ, ਦੈਟ ਸਪਿਰਿਟ ਇਜ਼ ਵੈਲ ਐਂਡ ਅਲਾਈਵ ਈਵਨ ਟੂਡੇ ਐਜ਼ ਵੀ ਸਪੀਕ। ਔਰ ਤੁਸੀਂ ਇਹ ਗੱਲ ਯਾਦ ਰੱਖਿਓ, ਉਹਨਾਂ ਨੇ ਇਹ ਸਾਰੀ ਵਾਂਗਡੋਰ ਜਿਹੜੀ ਆਪਣੇ ਹੱਥ 'ਚ ਫੜੀ ਹੋਈ ਹੈ। ਜਦੋਂ ਤੱਕ ਵਾਂਗਡੋਰ ਇੱਕ ਹੱਥ 'ਚ ਆ ਜਾਵੇ ਤਾਂ ਉੱਥੇ ਮਿਸਟਰਸਟ ਨਹੀਂ ਹੁੰਦਾ ਜੀ, ਉੱਥੇ ਤੁਸੀਂ ਵਿਰੋਧੀ ਦੀ ਚਾਲ ਨੂੰ ਚੱਲਣ ਦੇ ਨੂੰ ਕਾਊਂਟਰ ਕਰ ਦਿੰਦੇ ਹੋ। ਹਾਂਜੀ, ਸੋ ਹੀ ਹੈਜ਼ ਕਲੀਅਰਲੀ ਰਿਲੇਟ ਇਜ਼ ਮੈਸੇਜ ਟੂ ਦਾ ਗਵਰਨਮੈਂਟ ਕਿ ਤੁਸ ਮੇਰੇ ਤਿੰਨ ਮੇਰੀਆਂ ਤਿੰਨ ਇਹ ਮੰਗਾਂ ਨੇ ਜੋ ਕਿ ਪੰਥ ਦੀਆਂ ਮੰਗਾਂ ਨੇ, ਮੈਂ ਤੁਹਾਡੇ ਕੋਲ ਹੀ ਬਣ ਕੇ ਤੁਸੀਂ ਮੇਰੇ ਕੋਲ ਚੱਲ ਕੇ ਆਓਗੇ ਇਹਨਾਂ ਦਾ ਸਲੂਸ਼ਨ ਲੱਭ ਕੇ। ਐਂਡ ਦੈਟ ਇਜ਼ ਵਾਟ ਆਈ ਲਾਈਕ ਅਬਾਊਟ ਆਲ ਦਿਸ। ਪੀਸਫੁਲ ਹੈ, ਹਾਂਜੀ, ਕੋਈ ਮਾਰ ਤਾੜ ਨਹੀਂ ਜੀ, ਆਪਣੇ ਹੱਕਾਂ ਦੀ ਖਾਤਰ ਇਹ ਜਿਹੜਾ ਮੋਰਚਾ ਲੱਗਿਆ। ਔਰ ਮੈਂ ਕਹਿੰਦਾ ਕਿ ਭਾਈ ਸਾਹਿਬ ਵਧਾਈ ਦੇ ਪਾਤਰ ਨੇ, ਔਰ ਖਾਸ ਤੌਰ 'ਤੇ ਉਹ ਹਰ ਇੱਕ ਸੱਜਣ, ਹਰ ਇੱਕ ਮਿੱਤਰ, ਹਰ ਸਿੱਖ ਸਿੰਘਣੀ ਔਰ ਹਰ ਇੱਕ ਇਨਸਾਨ ਜੋ ਆਪਣੇ ਧਰਮ ਤੋਂ ਉੱਠ ਕੇ ਵੀ ਉਹਨਾਂ ਸਾਥ ਦੇ ਰਿਹਾ, ਮੈਂ ਉਹਨਾਂ ਦਾ ਰਿਹਾ। ਔਰ ਇੱਥੇ ਜੋ ਵੇਖਣ ਵਾਲੀ ਗੱਲ ਹੈ ਕਿ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਹਾਂ ਤਾਂ ਉਹ ਪੂਰੀ ਇਨਸਾਨੀਅਤ ਦੇ ਭਲੇ ਲਈ, ਸਰਬੱਤ ਦੇ ਭਲੇ ਮੰਗਣ ਦੀ ਜੋ ਸਾਨੂੰ ਸੋਚ ਹੈ ਉਹਨਾਂ ਦਿੱਤੀ ਹੈ, ਉਹ ਸਾਨੂੰ ਮਾਰਗ ਦਰਸਾਉਂਦੇ ਨੇ। ਸੋ ਇੱਥੇ ਜਿਹੜੀਆਂ ਮੰਗਾਂ ਨੇ ਬਹੁਤ ਰੀਜ਼ਨੇਬਲ ਨੇ, ਮਤਲਬ ਜੇ ਆਪਾਂ ਯੂਨੀਵਰਸਲ ਵੈਲਿਊਜ਼ ਆਫ ਹਿਊਮੈਨਿਟੀ ਦੇਖੀਏ ਤਾਂ ਉਹਦੇ ਨਾਲ ਵੀ ਕਿ ਜਿਹੜੇ ਬੰਦੇ ਨੂੰ ਕੋਈ ਸਜ਼ਾ ਹੋਈ ਹੈ ਉਹਨੇ ਆਪਣਾ ਟਾਈਮ ਪੂਰਾ ਕਰ ਲਿਆ, ਉਹਨੂੰ ਬਿਲਕੁਲ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਣੀ ਚਾਹੀਦੀ ਹੈ। ਗੱਲ ਫਿਰ ਉੱਥੇ ਆਉਂਦੀ ਹੈ ਨਾ ਜੀ, ਜਦੋਂ ਨੀਤੀ ਸਾਡੀ ਸਾਫ਼ ਨਹੀਂ, ਅਸੀਂ ਕੌਮ ਨੂੰ ਜਾਂ ਇੱਕ ਪੰਥ ਨੂੰ ਨੀਵਾਂ ਦਿਖਾਉਣਾ, ਉਹਨਾਂ ਦੇ ਹੱਕ ਨਹੀਂ ਦੇਣੇ, ਤਾਂ ਫਿਰ ਇਹ ਸਭ ਕੁਛ ਹੋਏਗਾ। ਦਿਸ ਕੁਡ ਹੈਵ ਬੀਨ ਅਕੰਪਲਿਸ਼ ਲੌਂਗ ਟਾਈਮ ਅਗੋ। ਜਦੋਂ ਇੱਕ ਕਾਇਦੇ ਕਾਨੂੰਨ ਦੇ ਅਧੀਨ ਤੁਸੀਂ ਸਜ਼ਾ ਕਰਦੇ ਹੋ, ਹਾਂਜੀ, ਜੇ ਉਹਦੇ ਅਧੀਨ ਸਜ਼ਾ ਕਰਦੇ ਹੋ ਤਾਂ ਉਹਦੇ ਅਧੀਨ ਮਾਫ਼ੀ ਵੀ ਲਿਖੀ ਹੋਈ ਹੈ, ਮਾਫ਼ੀ ਵੀ ਲਿਖੀ ਹੋਈ, ਬਿਲਕੁਲ ਸਹੀ ਗੱਲ। ਸੋ ਤੁਸੀਂ ਸਜ਼ਾ ਕਰ ਲਈ ਹੋ, ਵਰਤ ਲਿਆ, ਮਾਫ਼ ਕਰਨ ਲਈ ਤੁਸੀਂ ਨਹੀਂ ਵਰਤੇ। ਮੈਂ ਜੇਲ੍ਹਾਂ ਦੇਖੀਆਂ ਨੇ, ਜੇਲ੍ਹਾਂ ਦਾ ਸਫ਼ਰ ਅਸੀਂ ਕੱਟਿਆ ਹੈ, ਅਸੀਂ ਆਪਣਾ ਸਮਾਂ ਪੂਰਾ ਕੀਤਾ, ਅਸੀਂ ਬਾਹਰ ਆਏ ਹਾਂ, ਸਾਡੇ 'ਤੇ ਵਕਤ ਪਿਆ, ਅਸੀਂ ਉਸ ਕਾਨੂੰਨ ਦੇ ਅਧੀਨ ਕੱਟੀ, ਜਦੋਂ ਵਕਤ ਖਤਮ ਹੋਇਆ ਸਾਡਾ ਪੂਰਾ ਹੋਇਆ, ਅਸੀਂ ਆਏ ਆਪਣੇ ਪਰਿਵਾਰ 'ਚ ਵਸੇ ਤੁਹਾਡੇ ਨਾਲ। ਅੱਜ ਆਪਾਂ ਵਾਸ਼ਿੰਗਟਨ DC ਦੇ ਵਿੱਚ ਇਹ TV ਸ਼ੁਰੂ ਕੀਤਾ, ਇਸੇ ਕਰਕੇ ਕਰ ਸਕਿਆ ਕਿ ਅਸੀਂ ਉਸ ਇੱਕ ਸਿਸਟਮ ਦੀ ਜਿਹੜਾ ਬਣਦਾ ਹੱਕ ਸਾਨੂੰ ਮਿਲਿਆ, ਇਹ ਇਹਨਾਂ ਨੂੰ ਉਹ ਹੱਕ ਨਹੀਂ ਮਿਲਿਆ ਜਾ ਰਿਹਾ। ਬਿਕੋਜ਼ ਅਨਫੋਰਚੁਨੇਟਲੀ ਉੱਥੋਂ ਦੀ ਸਰਕਾਰ ਇਹ ਆਪਣੇ ਹੀ ਸਿਟੀਜ਼ਨਸ ਨੂੰ ਆਪਣੇ ਸਿਟੀਜ਼ਨ ਮੰਨਣ ਲਈ ਤਿਆਰ ਨਹੀਂ। ਬਿਲਕੁਲ, ਇਹ ਮੰਨਣ ਤਾਂ ਉਹਨਾਂ ਨੂੰ ਹੱਕ ਮਿਲਦਾ। ਬਿਲਕੁਲ ਸਹੀ ਗੱਲ ਹੈ। ਸੋ ਵਟ ਇਜ਼ ਵਨ ਥਿੰਗ ਦੈਟ ਯੂ ਕੁਡ ਸ਼ੇਅਰ ਵਿਦ ਆਰ ਵਿਊਅਰਸ ਐਂਡ ਵਿਦ ਆਲ ਦ ਸਿੱਖਸ ਹੂ ਆਰ ਰੈਸਾਈਡਿੰਗ ਆਊਟਸਾਈਡ ਦ ਬੋਰਡਰ ਲਾਈਨਸ ਆਫ ਪੰਜਾਬ ਔਰ ਇੰਡੀਆ, ਵਟ ਇਜ਼ ਵਨ ਮੈਸੇਜ ਦੈਟ ਯੂ ਕੁਡ ਯੂ ਨੋ ਆਸਕ ਆਫ ਦੈਮ, ਔਰ ਵਟ ਇਜ਼ ਵਨ ਥਿੰਗ ਦੈਟ ਯੂ ਕੁਡ ਆਸਕ ਆਫ ਦੈਮ ਟੂ ਡੂ ਟੂ ਸਪੋਰਟ ਭਾਈ ਸਾਹਿਬ ਮੰਡ? ਉਹ ਤੋਂ ਕਰਨ ਤੋਂ ਪਹਿਲਾਂ ਜੀ, ਮੈਂ ਮਾਫ਼ੀ ਮੰਗਦਾ ਤੁਹਾਡੇ ਸਾਰੇ ਵਿਊਅਰਸ ਤੋਂ, ਕਿਉਂਕਿ ਕਈ ਵਾਰੀ ਗੱਲ ਆਪਣਾ ਟੂ ਗੈਟ ਯੂਅਰ ਪੁਆਇੰਟ ਆਫ ਵਿਊ ਅਕਰੋਸ, ਕਈ ਵਾਰੀ ਗਲਤ ਸ਼ਬਦਾਵਲੀ ਦੀ ਵਰਤੋਂ ਕਰਨੀ ਪੈਂਦੀ ਹੈ। ਮੈਂ ਅਕਸਰ ਕਿਹਾ ਕਰਦਾ ਜਾਂ ਸੋਚਦਾ ਹੁੰਦਾ ਕਿ ਖਾਣਾ ਪੀਣਾ ਅਤੇ ਹੱਗਣਾ ਮੁੱਤਣਾ ਹਰ ਜੀਵ ਨੂੰ ਪਰਮਾਤਮਾ ਨੇ ਕਰਮਾਂ ਦੇ ਵਿੱਚ ਦਿੱਤਾ, ਉਹ ਤੋਂ ਹੱਟ ਕੇ ਕੌਣ ਕੀ ਕਰਦਾ ਉੱਥੋਂ ਇਨਸਾਨ ਪਹਿਚਾਣਿਆ ਜਾਂਦਾ ਜੀ। ਆਪਣੇ ਲਈ ਸਭ ਕੁਛ ਕਰਦੇ ਹਾਂ, ਦੂਸਰੇ ਲਈ ਅਸੀਂ ਕੀ ਕਰਦੇ ਹਾਂ? ਸੋ ਇੱਥੇ ਸਮਾਂ ਆ ਗਿਆ ਕਿ ਹਰ ਪੰਜਾਬੀ, ਹਰ ਸਿੱਖ ਆਪਣੇ ਨਿੱਜੀ ਸਵਾਰਥ ਸੋਚ ਕੇ ਵੱਡੇ ਕਾਰਜ ਦੇ ਲਈ, ਜੋ ਪੰਥ ਦਾ ਕਾਰਜ ਹੈ, ਹਾਂਜੀ, ਖਾਲਸਾ ਪੰਥ ਦਾ ਕਾਰਜ ਹੈ, ਉਹਦੇ ਲਈ
हर सपोर्ट करे, हा दा नारा मारे, जिहड़ा उत्थे बैठा उत्थे पहुंचे, जिथे जिथे भी है इस आवाज़ नूं उपर चुका जाए, लोगों नाल शेयर किया जाए। थोड़ी मैं गल करदा, तुसीं लफ्ज़ वरत्या सी ब्राह्मणवाद जी, मैं व्यूज़ नाल भी दस दवां, जदों ये लफ्ज़ वरत्या जाता है तां उत्थे पूरे हिंदू धर्म की गल नहीं होंदी। हाँ जी, ये हिंदू का वो एक फिक्र है, एक हिस्सा है जिहड़ा शुरू तो हिंदुआं नाल ही धक्का करता है। बिल्कुल, वो सोच के खिलाफ लड़ाई है, क्योंकि उन्हां दी रोजी रोटी धक्के चों निकलदी। एग्जैक्टली एग्जैक्टली, क्योंकि अज जिहड़ा बाकी का हिस्सा उहदे चों बहुत बड़ा चंक पंथ सिख पंथ दे नाल हो तुरिया जी, क्योंकि खुद दे फील चीटिड। बिल्कुल ठीक है, वह सोचते हैं कि असी हुण सिख पंथ दे नाल तुरीए, उन्हां दी आवाज़ सिख पंथ दे नाल मिल के जिहड़ी है आवाज़ होर वड्डी हो रही है। सो मेरी अपील है सारे सिख पंथ नूं कि समा आया, भाई साहब ने अपना हक जिहड़ा जो उन्हां दा फर्ज़ बनता सी वह सामने लिया के झंडा गढ़ता, तो असी सारे ने उन्हां दे नाल खड़ना और उन्हां दे हौसले नूं चक के ये तिने मंगा जित के पंथ की झोली पाउणियां ने, और अकाल तख्त ते बैठे जिहड़े वो साढ़े सो कॉल्ड तुसीं गुलाम कह लो जां खौती जथेदार कह लो जी, ठीक है जी, ਉਹਨਾਂ ਨੂੰ ਉਹਨਾਂ ਤੱਕ ਉਹਨਾਂ ਨੂੰ ਬਾਹਰ ਕੱਢ ਕੇ ਜਾਣਾ, ਜੱਫੇ ਮਾਰ ਵੀ ਆਖਿਆ ਜਾਂਦਾ ਹੈ, ਜੱਫੇ ਮਾਰ ਬੜੇ ਅਲੱਗ ਅਲੱਗ ਕੁਰਸੀਆਂ ਨੂੰ ਜੱਫੇ ਮਾਰ ਕੇ ਬੈਠੇ। ਐਗਜੈਕਟਲੀ, ਉਹਨਾਂ ਦੀ ਜ਼ਮੀਰ ਹੀ ਹੈ ਨਹੀਂ ਜੀ, ਜੇ ਜ਼ਮੀਰ ਹੁੰਦੀ ਤਾਂ ਹੁਣ ਤੱਕ ਉਹ ਰਿਜ਼ਾਈਨ ਕਰਕੇ ਪਾਸੇ ਹੁੰਦੇ। ਬਿਲਕੁਲ, ਤੁਹਾਨੂੰ ਤੁਸੀਂ ਅਗਰ ਹਿਸਟਰੀ ਦੇਖੋ, ਤੁਸੀਂ ਅਕਾਲ ਤਖਤ ਸਾਹਿਬ ਦੀ ਹਿਸਟਰੀ 'ਤੇ ਜਾਓ ਸਾਰਾ ਜਾਓ, ਤਾਂ ਐਗਜੈਕਟਲੀ ਓਪੋਜ਼ਿਟ ਹੋ ਰਿਹਾ ਜੋ ਕਰ ਰਹੇ ਨੇ। ਸੋ ਆਈ ਥਿੰਕ ਦ ਟਾਈਮ ਹੈਜ਼ ਕਮ, ਔਰ ਮੈਂ ਹੋਰ ਇਹਦੇ ਅੱਗੇ ਗੱਲ ਕਰਨਾ, ਬੜਾ ਜਲਦੀ ਸਮਾਂ ਆਉਣਾ ਕਿ ਛੋਟੇ ਛੋਟੇ ਜਿਹੜੇ ਸਾਡੇ ਸਿੱਖ ਪੰਥ ਦੇ ਕਾਰਜ ਨੇ ਉਹਦੇ ਵਿੱਚ ਮੇਕ ਸ਼ੋਰ ਯੂ ਬ੍ਰਿੰਗ ਦ ਰਾਈਟ ਪੀਪਲ ਟੂ ਲੀਡ ਅਸ ਰਾਈਟ। ਜਦੋਂ ਕੋਈ ਕਾਰਜ ਹੁੰਦਾ ਉੱਥੇ ਇੱਕ ਵਧੀਆ ਇਨਸਾਨ ਲਾਓ, ਇਹ ਨਾ ਲਾਓ ਕਿ ਪੈਸੇ ਵਾਲਾ, ਇਹ ਨਾ ਲਾਓ ਕਿ ਇਹਦਾ ਨਾਂ ਚੱਲਦਾ, ਲਾਓ ਉਹ ਜੋ ਸੇਵਾ ਕਰਕੇ ਇੱਕ ਚੰਗੀ ਸ਼ਖਸੀਅਤ ਦਾ ਬੰਦਾ, ਤਾਂ ਜੋ ਸਾਡੀ ਇਮੇਜ ਜਿਹੜੀ ਅੱਜ ਕੱਲ੍ਹ ਪੂਰੇ ਇੰਟਰਨੈਸ਼ਨਲ ਗਲੋਬਲੀ ਬਹੁਤ ਵਧੀਆ ਹੋ ਰਹੀ ਹੈ, ਉਹਨੂੰ ਹੋਰ ਪ੍ਰਫੁੱਲਤ ਹੋਵੇ। ਆਪਾਂ CIA ਦੀ ਗੱਲ ਕਰ ਲਈਏ, ਹਾਂਜੀ, ਕਿ ਕਿੱਡੀ ਵੱਡੀ ਜਿੱਤ ਆ, ਤੁਸੀਂ ਕਰੋ ਆਪਣੇ ਵਿਊਜ਼ ਨਾਲ ਸ਼ੇਅਰ ਫਰਮਾਓ, ਦੋ ਚਾਰ ਰੱਖਦਾ ਜਿਹੜਾ ਜਿਹੜੀਆਂ ਦੋ ਜਥੇਬੰਦੀਆਂ ਨੂੰ ਉਹਨਾਂ ਨੇ ਟੈਰਿਸਟ ਜੀ। ਬਿਲਕੁਲ, CIA ਦੀ ਫੈਕਟ ਬੁੱਕ ਦੇ ਵਿੱਚ ਇਹ ਚੀਜ਼ ਪਬਲਿਸ਼ ਹੋ ਗਈ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਜੋ ਹੈ ਉਹਨਾਂ ਨੂੰ ਐਕਸਟ੍ਰੀਮਿਸਟ ਗਰੁੱਪ ਜਾਂ ਟੈਰਿਸਟ ਗਰੁੱਪ ਦਾ ਜਿਹੜਾ ਹੈ ਉਹ ਉਹਨਾਂ 'ਤੇ ਲੇਬਲ ਲਾਇਆ ਗਿਆ, ਔਰ ਉਹ ਲੇਬਲ ਬਿਲਕੁਲ ਢੁੱਕਦਾ ਵੀ ਹੈ, ਕਿਉਂਕਿ ਟੈਰੋਰਿਜ਼ਮ ਦੀ ਡੈਫੀਨੇਸ਼ਨ ਹੈ ਕਿ ਯੂਜ਼ਿੰਗ ਵਾਇਲੈਂਸ ਟੂ ਇਨਫਲੂਐਂਸ ਪਬਲਿਕ ਪੋਲਿਸੀ। ਸੋ ਉਹਨਾਂ ਦਾ ਜਦੋਂ ਤੋਂ ਵੀ ਉਹ ਬਣੀ ਹੈ 1926 ਤੋਂ ਵਾਇਲੈਂਸ ਇਜ਼ ਐਟ ਦੇਅਰ ਕੋਰ। ਇਹ RSS ਦਾ ਹੀ ਮਤਲਬ ਹਿੱਸਾ ਹੈ, RSS ਇੱਕ ਵੱਡੀ ਔਰਗਨਾਈਜੇਸ਼ਨ ਹੈ, ਉਹਦੀਆਂ ਵੱਖਰੀਆਂ ਵੱਖਰੀਆਂ ਸ਼ਾਖਾਵਾਂ ਨੇ, ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਉਹਨਾਂ ਦੀਆਂ ਹੀ ਦੋ ਸ਼ਾਖਾਵਾਂ ਨੇ ਜਿਨ੍ਹਾਂ ਨੇ ਅਜੇ ਤੱਕ ਸਵਾਏ ਵਾਇਲੈਂਸ ਤੋਂ ਧੱਕੇ ਤੋਂ ਹੋਰ ਕਿਸੇ ਨੂੰ ਕੁਝ ਨਹੀਂ ਦਿੱਤਾ। ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਜਿੱਤ ਹੈ, ਹਾਂਜੀ ਮੈਂ ਸਮਝਦਾ, ਔਰ ਇਹ ਇੱਕ ਪਾਸੇ ਦਰਸਾਉਂਦਾ ਕਿ ਅਮੈਰੀਕਾ ਕਿਹੜੀ ਸੋਚ ਦਾ ਧਾਰਨੀ ਹੈ, ਬਿਲਕੁਲ ਹਾਲੇ ਵੀ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਦਾ। ਬਿਲਕੁਲ, ਔਰ ਦੂਸਰੀ ਗੱਲ ਇਹ ਹੈ ਕਿ ਜਿਹੜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਕੇ ਸਾਹਮਣੇ ਨਿਤਰਿਆ ਕਿ ਦੈਟ ਇਜ਼ ਵਾਟ ਦੇ ਆਰ, ਦੈਟ ਇਜ਼ ਹੂ ਦੇ ਆਰ, ਬਿਲਕੁਲ ਦੈਟ ਇਜ਼ ਵਾਟ ਦੇ ਸਟੈਂਡ ਫੋਰ। ਔਰ ਉਹਨਾਂ ਨੇ ਆਪਣੇ ਰੰਗ ਉਸ ਮਤਲਬ ਜਿਹੜੇ ਪਬਲਿਸ਼ ਕੀਤੇ ਗਏ ਨੇ ਆਰਟੀਕਲਸ ਡਿਫਰੈਂਟ ਨਿਊਜ਼ ਪੇਪਰ ਦੇ ਵਿੱਚ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲੈ ਲਓ ਜਾਂ RSS ਦਾ, ਅਤੇ ਚਲੋ ਮੇਨ ਬੰਦਾ ਤਾਂ ਨਹੀਂ, ਅਜੇ ਮੋਹਨ ਭਗਵਤ ਵੱਲੋਂ ਤਾਂ ਕੁਝ ਨਹੀਂ ਮੇਰੇ ਧਿਆਨ ਦੇ ਵਿੱਚ ਆਇਆ ਜੋ ਉਹਨਾਂ ਨੇ ਕਿਹਾ, ਜਾਂ ਬਜਰੰਗ ਦਲ ਦੇ ਆ, ਉਹ ਇਹ ਕਹਿ ਰਹੇ ਨੇ ਜੀ ਉਹ ਅਮਰੀਕਾ 'ਤੇ ਉਂਗਲੀ ਉਠਾਉਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਬੰਦੇ ਕੱਲ੍ਹ ਤੱਕ ਹਵਨ ਕਰਵਾ ਰਹੇ ਸੀਗੇ ਕਿ ਟਰੰਪ ਜਿੱਤੇ, ਔਰ ਵਾਰ ਵਾਰ ਇੱਕੋ ਗੱਲ ਕਹਿ ਰਹੇ ਸੀਗੇ ਕਿ ਅਬਕੀ ਵਾਰ ਟਰੰਪ ਸਰਕਾਰ, ਟਰੰਪ ਨੇ ਵੀ ਉਹਨਾਂ ਦੀ ਸਾਂਗ ਲਾਈ, ਟਰੰਪ ਨੇ ਵੀ ਆਪਣੇ ਵੱਲੋਂ ਹਿੰਦੀ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ, ਅੱਜ ਉਸੇ ਮੂੰਹ ਦੇ ਨਾਲ ਉਹ ਟਰੰਪ ਨੂੰ ਵੀ ਗਾਲਾਂ ਕੱਢ ਰਹੇ ਨੇ, ਅਮਰੀਕਾ ਨੂੰ ਵੀ ਗਾਲਾਂ ਕੱਢ ਰਹੇ ਨੇ, CIA ਨੂੰ ਵੀ ਮਾੜਾ ਕਹਿ ਰਹੇ ਨੇ। ਇੱਥੋਂ ਉਹਨਾਂ ਦੇ ਜਿਹੜੇ ਟਰੂ ਕਲਰਸ ਜਿਹੜੇ ਨੇ ਉਹਨਾਂ ਨੇ ਆਪਣੇ ਸ਼ੋਅ ਕਰ ਦਿੱਤੇ ਨੇ ਕਿ ਉਹ ਚੀਜ਼ਾਂ ਹੈ ਕੀ ਨੇ, ਮਤਲਬ ਪ੍ਰਸਤ ਲੋਕ ਨੇ, ਮਾਈਨੋਰਟੀ ਜਿਹੜੀ ਹੈ ਕੋਈ 3-4%, ਉਹ ਬਾਕੀ ਸਾਰਿਆਂ ਨੂੰ ਗੁਲਾਮ ਬਣਾ ਕੇ ਉਹਨਾਂ ਨੇ ਰੱਖਿਆ ਹੋਇਆ। ਕਿਉਂਕਿ ਗੱਲ ਕੀਤੀ ਸੀ ਆਪਾਂ ਕਿ ਜਿਹੜੀ ਮੇਨ ਜਿਹੜਾ ਸਾਰਾ ਹਿੰਦੂ ਧਰਮ ਹੈ, ਕਿਉਂਕਿ ਜਿਹੜਾ ਬ੍ਰਾਹਮਣ ਹੈ ਇਹਦੀ ਕਾਰਡ ਹੈ ਕੈਸਟ ਸਿਸਟਮ। ਹੁਣ ਜੇ ਮੈਂ ਸ਼ੂਦਰ ਹਾਂ, ਮੈਂ ਦਲਿਤ ਹਾਂ, ਐਂਡ ਆਮ ਸੇਇੰਗ ਕਿ ਆਈ ਡੋਂਟ ਵਾਂਟ ਟੂ ਬੀ ਪਾਰਟ ਆਫ ਦਿਸ, ਠੀਕ ਹੈ, ਮੈਂ ਸ਼ੂਦਰ ਬਣ ਕੇ ਕੀ ਲੈਣਾ ਜਦੋਂ ਮੈਨੂੰ ਪਤਾ ਹੈ ਕਿ ਮੈਂ ਸਾਰੀ ਉਮਰ 'ਤੇ ਮੇਰੀਆਂ ਆਉਣ ਵਾਲੀਆਂ ਪੁਸ਼ਤਾਂ ਜੋ ਨੇ ਉਹਨਾਂ ਨੂੰ ਇੱਕੋ ਗੱਲ ਕਹੀ ਗਈ ਹੈ ਕਿ ਜਿਹੜੀਆਂ ਤੇਰੇ ਤੋਂ ਉੱਚੀਆਂ ਜਾਤਾਂ ਨੇ ਤੂੰ ਉਹਨਾਂ ਦੇ ਭਾਂਡੇ ਮਾਂਜ, ਉਹਨਾਂ ਲਈ ਸਫਾਈਆਂ ਕਰ, ਮੈਨੂੰ ਐਜੂਕੇਸ਼ਨ ਦਾ ਅਧਿਕਾਰ ਹੈ ਨਹੀਂ, ਮੈਂ ਤਾਂ ਬਾਏ ਡਿਫੋਲਟ ਸਿੱਖ ਆਪਣੇ ਆਪ ਹੀ ਬਣ ਜਾਣਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਅਤੇ ਕਿ ਮਤਲਬ ਜਿਹੜਾ ਜਾਨੂ ਜੋਤ ਨਾ ਪੁੱਛੋ ਜਾਤੀ, ਆ ਗਿਆ ਜਾਤ ਨਾ ਇਹ,
ਜਾਤੀਵਾਦ ਨੂੰ ਬਿਲਕੁਲ ਨਿਖੇਧੀ ਕਰ ਰਹੇ ਨੇ। ਬਾਏ ਡਿਫਾਲਟ ਮੈਂ ਇਹ ਕਹਾਂਗਾ ਕਿ ਇਕੱਲਾ ਇੰਡੀਆ ਦਾ ਨਹੀਂ, ਪੂਰੀ ਦੁਨੀਆ ਦਾ ਕੋਈ ਵੀ ਵਸਿੰਦਾ ਹੈ ਜੋ ਇਕੁਆਲਿਟੀ ਦੇ ਵਿੱਚ ਬਿਲੀਵ ਰੱਖਦਾ ਹੈ, ਜੋ ਜਸਟਿਸ ਦੇ ਵਿੱਚ ਬਿਲੀਵ ਰੱਖਦਾ ਹੈ, ਫਰੀਡਮ ਐਂਡ ਇਕੁਆਲਿਟੀ ਫੋਰ ਆਲ, ਜਦੋਂ ਆਪਾਂ ਉਸ ਚੀਜ਼ ਦੀ ਗੱਲ ਕਰਦੇ ਹਾਂ, ਬਾਏ ਡਿਫਾਲਟ ਦੇ ਆਰ ਸਿੱਖਸ, ਦੇ ਆਰ ਫੋਲੋਅਰਸ ਆਫ ਗੁਰੂ ਗ੍ਰੰਥ ਸਾਹਿਬ, ਕੋਈ ਸ਼ੱਕ ਨਹੀਂ। ਔਰ ਇਹ ਵਾਰਤਾਲਾਪ ਨੂੰ ਅਸੀਂ ਕੰਟੀਨਿਊ ਜਾਰੀ ਰੱਖਦੇ ਹਾਂ। ਇਸ ਤੋਂ ਪਹਿਲਾਂ ਵਿਊਅਰਸ ਤੋਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ। ਹਾਈ, ਮਾਈ ਨੇਮ ਇਜ਼ ਕੁਲਦੀਪ ਗਿੱਲ, ਹਮ ਬ੍ਰੋਕਰ ਆਫ ਸਕਾਈ ਰਿਅਲਟੀ। The reason we are so successful, because client trust us. I've been doing this my whole life. My team is my wife, my office manager, and my agents. We look forward to earn your business, and we do speak your language. Thank you. ਜਾਏਗੀ ਦਿਲ ਕੀ ਧੜਕਨ ਇਸ ਬਾਰ ਜਬ ਹਮ ਹੋਗੇ ਯੂਐਸ ਐਂਡ ਕੈਨੇਡਾ ਮੈਂ, ਇਸਕਾ ਮਤਲਬ ਇਹ ਹੁਆ ਕਿ ਸਵੈਗ ਸੇ ਸਵਾਗਤ ਕਰਨਾ ਪੜੇਗਾ ਹੀ ਆਪਕੋ ਹਮਾਰਾ। ਸਵਾਗਤ ਸਵੈਗ ਸੇ ਕਰੇਂਗੇ ਸਬਕਾ ਸਵਾਗਤ। ਬ੍ਰੇਕ ਤੋਂ ਬਾਅਦ ਮਾਈ ਸ਼ੋ ਮਾਈ ਲਾਈਫ ਦੇ ਵਿੱਚ ਵਿਊਅਰਸ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਵਾਰਤਾਲਾਪ ਚੱਲ ਰਹੀ ਸੀਗੀ ਮਨੁੱਖੀ ਅਧਿਕਾਰਾਂ ਦੀ, ਇਨਸਾਫ ਮੋਰਚੇ ਦੀ, ਜੋ ਬਰਕਾੜੀ ਦੀ ਧਰਤੀ 'ਤੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਉਹਨਾਂ ਵੱਲੋਂ ਜਾਰੀ ਕੀਤਾ ਗਿਆ। ਸੋ ਆਪਾਂ ਗੱਲ ਅੱਗੇ ਤੋਰੀਏ ਕਿ ਜਦੋਂ ਆਪਾਂ ਦਲਿਤਾਂ ਦੀ ਜਾਂ ਸ਼ੂਦਰਾਂ ਦੀ ਜੋ ਬ੍ਰਾਹਮਣਵਾਦ ਦੀ ਗੱਲ ਕਰ ਰਹੇ ਸੀਗੇ, ਕਿ ਤੁਸੀਂ ਗੱਲ ਕੀਤੀ ਸੀਗੀ ਕਿ ਇੱਕ ਬਹੁਤ ਵੱਡਾ ਹਿੱਸਾ ਜੋ ਕਿ ਬ੍ਰਾਹਮਣਵਾਦ ਨੇ ਅੱਜ ਤੱਕ ਗੁਲਾਮ ਬਣਾ ਕੇ ਰੱਖਿਆ ਸੀਗਾ, ਉਹ ਵੀ ਆ ਕੇ ਅਤੇ ਇਸ ਮੋਰਚੇ ਦਾ ਸਾਥ ਦੇ ਰਹੇ ਨੇ। ਗੱਲ ਖਾਲਸਿਆਂ ਦੀ ਹੋ ਰਹੀ ਹੈ, ਗੱਲ ਸਿੱਖ ਰਾਜ ਦੀ ਹੋ ਰਹੀ ਹੈ, ਉਸ ਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਕਿਹੜਾ ਉਹ ਟੁਕੜੇ ਦੀ ਆਪਾਂ ਗੱਲ ਕਰ ਰਹੇ ਹਾਂ। ਦੇਖੋ, ਪਹਿਲੀ ਗੱਲ ਤਾਂ ਇਹ ਨੋਟ ਕਰ ਲਓ ਕਿ ਜ਼ਰੂਰਤ ਕਹਿੰਦੇ ਕਾਢ ਦੀ ਮਾਂ ਹੈ, ਨੈਸੈਸਿਟੀ ਇਜ਼ ਮਦਰ ਆਫ ਇਨਵੈਂਸ਼ਨ। ਬਿਲਕੁਲ, ਜ਼ਰੂਰਤ ਹੈ ਸਾਰਿਆਂ ਨੂੰ ਇਕੱਠੇ ਹੋਣ ਦੀ ਜੀ। ਦੂਸਰੀ ਗੱਲ, ਵਿਦ ਟਾਈਮ ਪੀਪਲ ਆਰ ਐਜੂਕੇਟਡ ਨਾਉ, ਦੇ ਰਿਅਲਾਈਜ਼ ਦੈਟ ਦੇ ਹੈਵ ਦਾ ਰਾਈਟ। ਬਿਲਕੁਲ, ਦੇ ਹੈਵ ਦ ਰਾਈਟਸ ਐਂਡ ਦ ਰਾਈਟਸ ਮਸਟ ਬੀ ਫੁਲਫਿਲਡ। ਹਾਂਜੀ, ਠੀਕ ਹੈ ਜੀ। ਸੋ ਜਿਹੜੇ ਸਾਡਾ ਦਲਿਤ ਭਾਈਚਾਰਾ ਹੈ, ਹਾਂਜੀ, ਉਹ ਸਾਰਾ ਦਲਿਤ ਭਾਈਚਾਰੇ ਨੇ ਆਵਾਜ਼ ਵੈਸੇ ਤਾਂ ਬ੍ਰਾਹਮਣਵਾਦ ਦੇ ਖਿਲਾਫ਼ ਪਹਿਲਾਂ ਤਾਂ ਬਹੁਤ ਚੱਕੀ ਹੋਈ ਸੀਗੀ। ਬਿਲਕੁਲ, ਉਹ ਹੁਣ ਓਪਨਲੀ ਚੱਕ ਕੇ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ, ਸਾਧ ਸਿਮਰ ਸਿੰਘ ਮਾਨ ਹੋਣਾ ਦੇ ਨਾਲ ਬਹੁਤ ਉਹਨਾਂ ਦੀਆਂ ਮੀਟਿੰਗਸ ਆਪਸ ਵਿੱਚ ਤਾਲਮੇਲ ਬਹੁਤ ਵਧਿਆ ਹੋਇਆ। ਹਾਂਜੀ, ਉਹ ਵਧਿਆ ਰਾਈਟਸ ਦੇ ਉੱਤੇ ਹੈ। ਹਾਂਜੀ, ਔਰ ਉਹ ਰਾਈਟਸ ਜਿਹੜੇ ਨੇ ਨੰਬਰ ਦੇ ਵਿੱਚ, ਨੰਬਰਸ ਦੇ ਵਿੱਚ ਤਾਕਤ ਹੁੰਦੀ ਹੈ, ਨਫ਼ਰੀ 'ਚ ਤਾਕਤ ਹੈ, ਔਰ ਨਫ਼ਰੀ ਦੀ ਜਿਹੜੀ ਤਾਕਤ ਹੀ ਹੈ ਇੱਕ ਦਿਨ ਭਾਰੀ ਪੈਣੀ ਹੈ ਦਿੱਲੀ ਦੀ ਸੋਚ ਦੇ ਉੱਤੇ। ਦਿੱਲੀ ਨੂੰ ਆਪਣੀ ਸੋਚ ਬਦਲਣੀ ਹੀ ਪਏਗੀ। ਬਿਲਕੁਲ, ਸੋ ਤੁਸੀਂ ਮੇਰੇ ਤੋਂ ਜ਼ਿਆਦਾ ਪੋਲੀਟੀਕਲੀ ਉਸ ਚੀਜ਼ 'ਤੇ ਜਾਣੂ ਹੋ। ਮੈਂ ਗੱਲ ਕਰ ਰਿਹਾ ਉਹਨਾਂ ਦੀ ਭੀਮ, ਉਹਨਾਂ ਦੀ ਕੀ ਬੰਬ ਸਾਹਿਬ ਦੀ ਗੱਲ ਕਰ ਰਿਹਾ ਮੈਂ ਉਹਨਾਂ ਦੀ। ਹਾਂਜੀ, ਔਰ ਲੇਕਿਨ ਜਿਹੜਾ ਇਨਸਾਫ ਮੋਰਚਾ, ਹਾਂਜੀ, ਇਹ ਮੋਰਚਾ ਹੁਣ ਕਰੋ ਦੇ ਮਰੋ ਦੀ ਨੀਤੀ 'ਤੇ ਆ ਕੇ ਖੜਾ ਹੈ। ਠੀਕ ਹੈ, ਇੱਕ ਪਾਸੇ ਇੱਕ ਜਥੇਦਾਰ, ਹਾਂਜੀ, ਅਤੇ ਦੂਜੇ ਪਾਸੇ ਮੌਜੂਦਾ ਸਰਕਾਰ, ਕਿਉਂਕਿ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜੋ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ, ਉਹਨਾਂ ਨੇ ਵੀ ਜੋ ਲਕੀਰ ਖਿੱਚੀ ਸੀਗੀ ਉਹ ਇਹੀ ਸੀਗੀ ਕਿ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ਼ ਲੜਨਾ ਹੈ ਉਹ ਲਕੀਰ ਤੋਂ ਇੱਧਰ ਆ ਜਾਓ, ਕਿਉਂਕਿ ਉਹਨਾਂ ਦਾ ਇਹ ਮਤਲਬ ਯੂਨੀਲੈਟਰਲ ਡਿਸੀਜਨ ਸੀਗਾ ਕਿ ਜਦੋਂ ਮਤਲਬ ਕਹਿ ਲਓ ਕਿ ਜ਼ੁਲਮ ਦਾ ਭਾਂਡਾ ਭਰ ਗਿਆ, ਮਤਲਬ ਜੋ ਹਾਕਮ ਹੈ, ਜੋ ਜ਼ੁਲਮ ਕਰਨ ਵਾਲਾ ਹੈ, ਜਦੋਂ ਉਹ ਆਪਣੀਆਂ ਸਭ ਹੱਦਾਂ ਟੱਪ ਜਾਂਦਾ ਹੈ ਤਾਂ ਫਿਰ ਗੁਰੂ ਮਹਾਰਾਜ ਐਸੇ ਐਸੇ ਸੂਰਮੇ ਸਾਡੇ ਕੋਲ ਭੇਜਦੇ ਰਹਿੰਦੇ ਨੇ, ਜੋ ਕਹਿ ਲਓ ਕਿ ਜ਼ਮੀਨ 'ਤੇ ਲਕੀਰਾਂ ਖਿੱਚ ਦਿੰਦੇ ਨੇ, ਗੱਲ ਕਰ ਦਿੰਦੇ ਨੇ ਕਿ ਹੁਣ ਜਾਂ ਕਰੋ ਜਾਂ ਮਰੋ ਵਾਲੀ ਨੀਤੀ ਆ। ਉਦੋਂ ਸੀਸ ਜਿਹੜਾ ਸੀ ਤਲੀ 'ਤੇ ਰੱਖ ਕੇ ਲੜਨ ਦੀ ਲੋੜ ਸੀ ਜੀ, ਹੁਣ ਮਰਨ ਮਰਨ ਵਾਲੀ ਦੀ ਗੱਲ ਨਹੀਂ ਹੈਗੀ, ਹੁਣ ਸਿਰਫ ਸਪੋਰਟ ਦੇਣ ਦੀ, ਨਾਲ ਖੜਨ ਦੀ ਲੋੜ ਹੈ। ਹਾਂਜੀ, ਔਰ ਭਾਈ ਸਾਹਿਬ
ਧਿਆਨ ਸਿੰਘ ਮਾਨ ਹੋਣਾ ਦੀ ਇੱਕ ਬੜੀ ਸੋਹਣੀ ਮੈਨੂੰ ਗੱਲ ਲੱਗੀ ਕਿ ਮੈਂ ਕਈ ਮਹੀਨਿਆਂ ਤੋਂ ਉਡੀਕ ਰਿਹਾ ਸੀ ਕਿ ਹਾਲਾਤ ਅਨੁਕੂਲ ਹੋਣ ਇਸ ਮੋਰਚੇ ਦੇ, ਪਰ ਅੱਜ ਅਨੁਕੂਲ ਨੇ। ਉਹ ਇਹੀ ਕਹਿ ਰਹੇ ਨੇ ਕਿ ਸਪੋਰਟ ਕਰੋ, ਆਪਾਂ ਕੋਈ ਜੰਗ ਨਹੀਂ ਲੜਨਾ, ਮਰਨ ਮਰਾਉਣ ਦੀ ਕੋਈ ਗੱਲ ਨਹੀਂ, ਇੱਥੇ ਸਿਰਫ ਹੱਕ ਦੀ ਲੜਾਈ ਹੈ। ਔਰ ਹੱਕ ਦੀ ਲੜਾਈ ਦੇ ਵਿੱਚ ਮੈਂ ਸਮਝਦਾ ਕਿ ਹਰ ਇੱਕ ਇਨਸਾਨ ਜਿਹਦੇ ਅੰਦਰ ਗੈਰੀਅਤ ਜਾਗਦੀ ਹੈ, ਅੱਜ ਉਹਨਾਂ ਦੇ ਨਾਲ ਖੜਾ ਹੋਣਾ ਚਾਹੀਦਾ, ਖੜਾ ਹੋਣਾ ਚਾਹੀਦਾ। ਬਿਲਕੁਲ, ਗੱਲ ਕੀਤੀ ਸੀਗੀ ਤਲੀ ਅਤੇ ਸੀਸ ਟਿਕਾਉਣ ਦੀ, ਜਾਓ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ। ਠੀਕ ਹੈ, ਅੱਜ ਸਾਨੂੰ ਫਿਜ਼ੀਕਲੀ ਜਿਹੜਾ ਸੀਸ ਹੈ ਉਹ ਤਲੀ 'ਤੇ ਰੱਖਣ ਦੀ ਭਾਵੇਂ ਨਹੀਂ ਲੋੜ, ਪਰ ਜੋ ਸਾਡੀ ਹੋਮੇ ਦਾ ਸਿਰ ਹੈ ਉਹ ਸਾਨੂੰ ਵੱਢਣਾ ਪਏਗਾ ਆਪਣੇ, ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਕਿ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਗਰੁੱਪਿਜ਼ਮ ਤੋਂ ਉੱਪਰ ਉੱਠ ਕੇ ਕਿ ਇਹ ਸਾਡੇ ਦਲ ਦਾ ਹੈ ਜਾਂ ਨਹੀਂ ਹੈ। ਬੀਂਗ ਏ ਹਿਊਮਨ, ਬੀਂਗ ਖਾਲਸਾ, ਵੀ ਸ਼ੁੱਡ ਗੋ ਸਟੈਂਡ ਵਿਦ ਭਾਈ ਸਾਹਿਬ। ਖਾਲਸਾ ਤਾਂ ਖੜਨਾ ਹੀ ਖੜਨਾ ਸਰ, ਖਾਲਸੇ ਦਾ ਹੱਕ ਫਰਜ਼ ਬਣਦਾ ਬਣਦਾ, ਲੇਕਿਨ ਉੱਥੇ ਜਿਹੜੇ ਦੂਜੇ ਸਾਡੇ ਭੈਣ ਭਰਾ ਨੇ ਪੰਜਾਬੀ ਨੇ, ਹਾਂਜੀ, ਜਾਂ ਇੰਡੀਅਨਸ ਨੇ ਜਿਹੜੇ ਸਿੱਖ ਧਰਮ ਦੇ ਧਾਰਨੀ ਨਹੀਂ, ਹਾਂਜੀ, ਅੱਜ ਹੱਕ ਫਰਜ਼ ਉਹਨਾਂ ਦਾ ਵੀ ਬਣਦਾ ਕਿ ਉਹ ਆ ਕੇ ਇਸ ਸੱਚ ਦੀ ਆਵਾਜ਼ ਦੇ ਵਿੱਚ ਆਪਣਾ ਬਣਦਾ ਜਿਹੜਾ ਯੋਗਦਾਨ ਉਹ ਪਾਉਣ ਪਾਉਣ, ਕਿਉਂਕਿ ਅੱਜ ਅੱਗ ਦੂਜੇ ਦੇ ਘਰ ਲੱਗੀ ਹੈ ਤਾਂ ਕੱਲ੍ਹ ਨੂੰ ਘਰ ਤੁਹਾਡੇ ਵੀ ਲੱਗ ਸਕਦੀ ਹੈ, ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ। ਸੋ ਆਵਾਜ਼ ਕਰਨਾ ਚਾਹੀਦਾ, ਇੱਕ ਗੱਲ ਮੈਂ ਜ਼ਰੂਰ ਵਿਊਜ਼ ਨਾਲ ਕਰਨੀ ਚਾਹੁੰਦਾ, ਆਪਾਂ ਜਾਣਾ ਚਾਹੁੰਦਾ, ਫਿਰ ਆਪਾਂ ਰੈਪ ਅਪ ਕਰਦੇ ਹਾਂ, ਸਮਾਂ ਬਹੁਤ ਹੋ ਗਿਆ, ਕਿ ਇੱਕ ਸੋਸ਼ਲ ਮੀਡੀਆ 'ਤੇ ਬੜੀ ਵੱਡੀ ਖਬਰ ਚੱਲ ਰਹੀ ਹੈ ਕਿ ਹਾਈ ਕੋਰਟ ਨੇ ਹੁਕਮ ਕਰਤਾ ਕਿ ਤੁਸੀਂ ਰਾਜ ਕਰੇਗਾ ਖਾਲਸੇ ਦਾ ਨਾਰਾ ਨਹੀਂ ਲਾ ਸਕਦੇ ਜੀ। ਉਹਦੇ 'ਤੇ ਮੈਂ ਵਿਊਜ਼ ਨੂੰ ਦੱਸ ਦੇਵਾਂ ਕਿ ਦੈਟ ਇਜ਼ ਐਬਸੋਲੂਟਲੀ ਰੋਂਗ। ਉਹ ਬਿਟਸ ਐਂਡ ਪੀਸਿਸ ਗੱਲ ਕੀਤੀ ਹੈ, ਠੀਕ ਹੈ ਜੀ। ਅਕਸਰ ਕੀ ਹੁੰਦਾ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਆਮ ਲੋਕ ਮੈਂ ਦੇਖਿਆ ਕਿ ਉਹ ਆਕੀ ਨੂੰ ਬਾਕੀ ਪੜ੍ਹਦੇ ਰਹਿੰਦੇ ਵੀ ਰਾਜ ਖਾਲਸਾ ਕਰੂ ਬਾਕੀ ਕੋਈ ਨਹੀਂ ਰਹਿਣਾ। ਇਹ ਪ੍ਰੋਪੋਗੰਡਾ ਬੜਾ ਦੂਜੇ ਧਰਮਾਂ 'ਚ ਅਤੇ ਲੋਕਾਂ 'ਚ ਚੱਲਦਾ, ਲਫ਼ਜ਼ ਆਕੀ ਹੈ ਜੀ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਆਕੀ ਦਾ ਪਾਪੀ ਜਿਹੜਾ ਧਰਮ 'ਚ ਨਾ ਬਲੀਵ ਕਰੇ, ਪਿਓਰ ਰਵੇ, ਪਿਓਰ ਬਾਏ ਹਾਰਟ, ਦੇਸੀ ਘਿਓ ਦੇਸੀ ਹੈ, ਡਾਲਡਾ ਡਾਲਡਾ ਹੀ ਹੈ ਸਰ। ਜੋ ਖਾਲਸੇ ਦਾ ਕਰੈਕਟਰ ਹੈ ਉਹ ਆਮ ਦੂਜੇ ਪਾਪੀ ਬੰਦੇ ਦਾ ਕਰੈਕਟਰ ਨਹੀਂ ਹੋ ਸਕਦਾ, ਹਰ ਖੇਤਰ ਦੇ ਵਿੱਚ ਪਿਓਰ ਹੀ ਰਾਜ ਕਰੇਗਾ। ਸੋ ਖਾਲਸੇ ਨੇ ਰਾਜ ਕਰਨਾ ਕਰਨਾ, ਰਾਜ ਖਾਲਸਾ ਕਰਨ ਲਈ ਬਣਿਆ, ਤਖ਼ਤ 'ਤੇ ਬਹਿ ਕੇ ਕਰਨਾ ਜਾਂ ਵੈਸੇ ਦੁਨਿਆਵੀ ਸੋਚ ਨੇ ਕਰਨਾ, ਇਹ ਦੋਨਾਂ 'ਤੇ ਲਾਗੂ ਹੁੰਦਾ। ਪਰ ਅਫਸੋਸ ਹੈ ਕਿ ਦੁਸ਼ਮਣ ਆਪਣੇ ਤਖ਼ਤ ਵੱਲ ਨੂੰ ਦੇਖ ਲੈਂਦਾ, ਖਾਲਸਾ ਸਾਡੇ ਵੱਲ ਚੜ੍ਹਾਈ ਕਰਕੇ ਆ ਗਿਆ ਜੀ। ਖਾਲਸਾ ਇਜ਼ ਅ ਡਿਫੈਂਡਰ, ਚੋਰ ਦੇ ਪੈਰ ਨਹੀਂ ਹੁੰਦੇ, ਐਗਜੈਕਟਲੀ, ਉਹ ਓਪਰੈਸਰ ਨਹੀਂ ਗਾ। ਖਾਲਸਾ ਖਾਲਸਾ ਜਾ ਕੇ ਕਿਸੇ ਦੇ ਹੱਕ ਨੂੰ ਖੋਣਾ ਨਹੀਂ ਚਾਹੁੰਦਾ, ਬਾਕੀ ਹੱਕ ਲੈਣਾ ਚਾਹੁੰਦਾ। ਸੋ ਮੇਰੇ ਵੱਲੋਂ ਤਾਂ ਇਹੀ ਹੈ, ਸਾਰਿਆਂ ਨੂੰ ਜਾਂਦੇ ਜਾਂਦੇ ਬੇਨਤੀ ਹੈ ਕਿ ਪਲੀਜ਼ ਗੋ ਐਂਡ ਸਪੋਰਟ ਦਿਸ ਮੋਰਚਾ। ਧੰਨਵਾਦ ਸਰਦਾਰ ਆਗਿਆਪਾਲ ਸਿੰਘ ਜੀ ਬਾਠ, ਜੋ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਅਤੇ ਸੰਗਤਾਂ ਦੇ ਨਾਲ ਤੁਸੀਂ ਆਪਣੇ ਜੋ ਵਿਊਜ਼ ਨੇ ਉਹ ਸ਼ੇਅਰ ਕੀਤੇ, ਔਰ ਬਹੁਤ ਹੀ ਜੋ ਜ਼ਰੂਰੀ ਜਾਣਕਾਰੀ ਮੈਂ ਸਮਝਦਾ ਉਸ ਦੇ ਬਾਰੇ ਤੁਸੀਂ ਸਾਡੇ ਵਿਊਰਸ ਨੂੰ ਦੱਸਿਆ। ਇਸ ਦੇ ਨਾਲ ਹੀ ਸਾਡਾ ਅੱਜ ਦਾ ਸ਼ੋਅ ਸਮਾਪਤ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।